ਅਕਾਲੀ ਦਲ ਦੇ ਸੀਨੀਅਰ ਲੀਡਰ ਸ਼੍ਰੀ ਰਜਿੰਦਰ ਦੀਪਾ ਜੀ ਅਤੇ ਸਰਦਾਰ ਹਰਜੀਤ ਸਿੰਘ ਭੁੱਲਰ ਜੀ, ਅੱਜ ਜਿਸ ਵਿਸ਼ੇ 'ਤੇ ਗੱਲ ਕਰਨ ਦੇ ਲਈ ਤੁਹਾਨੂੰ ਬੁਲਾਇਆ ਉਹ ਹੈ ਕਿ ਜਿਹੜਾ ਇੱਕ ਦੇਸ਼ ਦੇ ਵਿੱਚ ਨਵਾਂ ਇੱਕ CRPC ਹੈ, ਇੱਕ ਕੇਜਰੀਵਾਲ ਕ੍ਰਿਮੀਨਲ ਕੋਰਟ ਸਿਸਟਮ ਜਿਹੜਾ ਨਵਾਂ ਸ਼ੁਰੂ ਹੋ ਗਿਆ, ਕਿ ਜਿੱਥੇ ਆਪਣੇ ਅਹਿਲਕਾਰ ਅਤੇ ਪਰਾਇਆਂ ਦੇ ਵਿੱਚ ਜਿਹੜਾ ਫਰਕ ਆਮ ਆਦਮੀ ਪਾਰਟੀ ਕਰਦੀ ਹੈ, ਅੱਜ ਉਹਦੇ ਉੱਤੇ ਗੱਲ ਕਰਨੀ। ਇਹ ਇੱਕ ਫੋਟੋ ਨਾਲ ਸ਼ੁਰੂਆਤ ਕਰਦੇ ਹਾਂ। ਇਹ ਅੱਜ ਸ਼੍ਰੀ ਕੇਜਰੀਵਾਲ ਜੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ, ਮੇਰਾ ਧਿਆਨ ਪਿਆ ਕਿ ਇੱਕ ਪਾਸੇ ਤਾਂ ਇਹਨਾਂ ਦੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਹੈ ਅਤੇ ਦੂਜੇ ਪਾਸੇ ਸਾਡੇ ਅੰਬੇਦਕਰ ਸਾਹਿਬ, ਬਾਬਾ ਸਾਹਿਬ ਜੀ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ। ਇਹ ਦੋ ਸ਼ਖਸੀਅਤਾਂ, ਇੱਕ ਨੇ ਸ਼ਹੀਦੀ ਦਿੱਤੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ, ਅਤੇ ਦੂਜਿਆਂ ਦਾ ਇੱਕ ਬਹੁਤ ਵੱਡਾ ਯੋਗਦਾਨ ਇਸ ਦੇਸ਼ ਦਾ ਸੰਵਿਧਾਨ, ਜਿਨ੍ਹਾਂ ਨੇ ਬਣਾਇਆ ਇਸ ਦੇਸ਼ ਨੂੰ ਇੱਕ ਸਿਸਟਮ ਦਿੱਤਾ ਕਿ ਉਰੇ ਕਿੱਦਾਂ ਕੰਮਕਾਰ ਚੱਲੇਗਾ। ਅਤੇ ਅੱਜ ਦੋਨੋਂ ਹੀ ਸਵਰਗ ਦੇ ਵਿੱਚ ਬੈਠੇ ਦੇਖ ਰਹੇ ਹੋਣੇ ਕਿ ਆਪਣੀ ਜਿਹੜੀ ਇੱਕ ਚੋਰੀ ਹੈ ਉਹਨੂੰ ਇਵੈਂਟ ਕਿਵੇਂ ਬਣਾਉਣਾ, ਉਹ ਇਸ ਦੇਸ਼ ਦੇ ਲੀਡਰ ਕਿੱਦਾਂ ਕਰਦੇ ਨੇ, ਉਹ ਕਰ ਰਹੇ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ। ਦੇਖੋ ਅੱਜ ਇਹ ਦੋ ਆਰਡਰ ਨੇ। ਮੈਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿੱਦਣ ਤਾਂ ਕਿਸੇ ਵਿਰੋਧੀ ਨੂੰ ਸੰਮਨ ਨਿਕਲਦਾ ਉਦਣ ਤਾਂ ਮੈਂ ਕਹਿਣਾ ਵੀ ਇਹ ਨੱਚਣ ਲੱਗ ਜਾਂਦੇ ਨੇ। ਇਹਨਾਂ ਦੇ ਉਰੇ ਆ 965 ਨੰਬਰ ਕੋਠੀ 'ਚ ਮੁਲਾਜ਼ਮ ਜਾਂ ਬੁਲਾਰੇ ਇਹ ਸੜਕ 'ਤੇ ਆਉਣ ਵਾਲੇ ਹੋ ਜਾਂਦੇ ਕਿ ਜੀ ਅੱਜ ਸੰਮਨ ਨਿਕਲ ਗਿਆ, ਪਤਾ ਨਹੀਂ ਅਸੀਂ ਕੀ ਇਨਕੁਆਇਰੀ ਦੇ ਵਿੱਚ ਕੱਢ ਦੇਣਾ, ਔਰ ਫਿਰ ਪੂਰਾ ਖੁਸ਼ੀ ਤਾੜੀਆਂ ਵੱਜਦੀਆਂ ਨੇ। ਅਤੇ ਜਿੱਦਣ ਨਿਕਲ ਜਾਂਦਾ ਅਰਵਿੰਦ ਕੇਜਰੀਵਾਲ ਨੂੰ ਸੰਮਨ, ਉਦਣ ਫਿਰ ਸਾਰਾ ਦਿਨ ਲੱਭਦੇ ਹੀ ਨਹੀਂ ਕਿ ਕਿੱਥੇ ਗਏ। ਜਿੱਦਣ ਸਰਦਾਰ ਪ੍ਰਕਾਸ਼ ਸਿੰਘ ਬਾਦਲ 96 ਸਾਲ ਦੀ ਉਮਰ ਉਹਨਾਂ ਨੂੰ SIT ਸੰਮਨ ਕਰਦੀ ਹੈ, ਸਰਦਾਰ ਬਾਦਲ ਨੇ ਕਦੇ ਪਿੱਠ ਨਹੀਂ ਦਿਖਾਈ। 96 ਸਾਲ ਦੀ ਉਮਰ ਤੱਕ, ਇਸ ਦੁਨੀਆ ਤੋਂ ਜਾਣ ਤੱਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇਹ ਝੂਠੀਆਂ ਜਿਹੜੀਆਂ ਸਰਕਾਰ ਦੀਆਂ ਇਨਵੈਸਟੀਗੇਸ਼ਨਾਂ ਸੀ ਇਹਦਾ ਸਾਹਮਣਾ ਕਰਦੇ ਰਹੇ। ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ, ਵੈਂਡੈਟਾ ਪੋਲੀਟਿਕਸ ਸਭ ਨੂੰ ਪਤਾ ਹੈ, 5 ਸਾਲ ਕਾਂਗਰਸ ਨੇ ਕੀਤੀ, 2 ਸਾਲ ਆਮ ਆਦਮੀ ਪਾਰਟੀ ਨੇ ਕੀਤੀ, ਅਦਾਲਤਾਂ ਨੇ ਕਿਹਾ ਕਿ ਵੈਂਡੈਟਾ ਪੋਲੀਟਿਕਸ ਹੋ ਰਹੀ ਹੈ, ਫਿਰ ਵੀ ਡਟ ਕੇ ਮੱਥਾ ਲਾਇਆ ਕਿਉਂਕਿ ਪਤਾ ਸੀ ਸੱਚੇ ਹਾਂ। ਔਰ ਹੁਣ ਆ ਦੋ ਜਜਮੈਂਟਾਂ, ਸੁਪਰੀਮ ਕੋਰਟ ਦੇ ਆਰਡਰ, ਸੰਵਿਧਾਨ ਦੀ ਆਪਾਂ ਗੱਲ ਕਰ ਲਈਏ, ਕੌਂਸਟੀਟਿਊਸ਼ਨ ਦੀ ਗੱਲ ਕਰ ਲਈਏ। ਇੱਕ ਜਜਮੈਂਟ ਹੈ ਜਿਹੜੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੀ ਹੈ, ਜਿੱਥੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਬੇਲ ਦਿੱਤੀ। ਆਹ ਦੂਜੀ ਜਜਮੈਂਟ ਹੈ, ਇਹ ਦੇਸ਼ ਦੀ ਸੁਪਰੀਮ ਕੋਰਟ ਦੀ ਹੈ, ਜਿੱਥੇ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਇਹ ਇੱਕ ਭ੍ਰਿਸ਼ਟ ਪਾਰਟੀ ਹੈ ਅਤੇ 338 ਕਰੋੜ ਦਾ ਘਪਲਾ ਕੀਤਾ। ਹੁਣ ਦੇਖੋ ਜਦੋਂ ਹਾਈ ਕੋਰਟ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਬੇਲ ਦੇ ਰਿਹਾ ਅਤੇ ਹਾਈ ਕੋਰਟ ਉਹ 'ਚ ਅਬਜ਼ਰਵ ਕਰ ਰਹੇ ਨੇ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਸ ਕੇਸ ਦੇ ਵਿੱਚ ਇੱਕ ਵੀ ਸਬੂਤ, ਇੱਕ ਵੀ ਗਵਾਹ ਐਸਾ ਨਹੀਂ ਜਿਹੜਾ ਸਾਬਤ ਕਰ ਸਕੇ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਇਸ ਕੇਸ ਦੇ ਵਿੱਚ ਇਨਵੋਲਵ ਸੀ, ਅਤੇ ਹਾਈ ਕੋਰਟ ਕਲੀਨ ਚਿੱਟ ਦੇ ਰਹੀ ਹੈ। ਅਤੇ ਉਹ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਆਏ ਦਿਨ ਰੈਗੂਲਰ ਬੇਲ ਦੇ ਬਾਵਜੂਦ ਪੋਲੀਟੀਕਲ ਸਾਜ਼ਿਸ਼ਾਂ ਕਰਕੇ SIT ਮੂਹਰੇ ਬੁਲਾਇਆ ਜਾਂਦਾ, ਔਰ ਫਿਰ ਜਦੋਂ ਸ਼ਹੀਦੀ ਹਫ਼ਤੇ ਦੇ ਦੌਰਾਨ ਇੱਕ ਦਿਨ ਨਹੀਂ ਜਾਂਦੇ, ਉਦਣ ਇਹਨਾਂ ਦੇ ਬੁਲਾਰੇ ਕਹਿੰਦੇ ਜੀ ਡਰ ਗਏ ਜੀ, ਭੱਜ ਗਏ ਜੀ, ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਉਹ ਤੋਂ ਬਾਅਦ ਫਿਰ ਗਏ, ਮੁੱਖ ਮੰਤਰੀ ਨੂੰ ਚੈਲੰਜ ਕੀਤਾ ਕਿ ਜੇ ਹਿੰਮਤ ਹੈ ਤਾਂ ਇਹ 'ਚ ਸਬੂਤ ਲਿਆਓ ਅਤੇ ਚਲਾਨ ਪੇਸ਼ ਕਰੋ। ਅਤੇ ਆ ਦੂਜਾ ਆਰਡਰ, ਇਹ ਹੈ ਜੀ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦਾ,
ਜਿਹਨੇ ਕਿਹਾ ਕਿ ਜੀ ਅਰਵਿੰਦ ਕੇਜਰੀਵਾਲ ਨੇ 338 ਕਰੋੜ ਦਾ ਘਪਲਾ ਕੀਤਾ ਹੈ, ਅਤੇ ਅਰਵਿੰਦ ਕੇਜਰੀਵਾਲ ਕੀ ਕਹਿੰਦੇ? ਕਹਿੰਦੇ ਜੀ ਮੈਨੂੰ ਤਾਂ ਗੈਰ ਕਾਨੂੰਨੀ ਸੰਮਨ ਕਰ ਲਿਆ ਈਡੀ ਨੇ। ਮਤਲਬ ਕੀ ਸੰਵਿਧਾਨ ਦੇ ਵਿੱਚ ਸੁਪਰੀਮ ਕੋਰਟ ਤੋਂ ਉੱਪਰ ਇਸ ਦੇਸ਼ ਦੇ ਵਿੱਚ ਕੋਈ ਅਦਾਲਤ ਹੈ? ਅਤੇ ਸੁਪਰੀਮ ਕੋਰਟ ਆਫ ਇੰਡੀਆ ਨੇ ਤੁਹਾਨੂੰ ਇਹ ਗੱਲ ਕਹਿਤੀ ਕਿ ਤੁਸੀਂ 338 ਕਰੋੜ ਦਾ ਘਪਲਾ ਕੀਤਾ, ਤੁਸੀਂ ਭ੍ਰਸ਼ਟ ਹੋ, ਅਤੇ ਫਿਰ ਮੈਨੂੰ ਲੱਗਦਾ ਵੀ ਕਿੱਥੇ ਇਹ ਸਵਾਲ ਰਹਿ ਗਿਆ ਕਿ ਸੰਮਨ ਇਲੀਗਲ ਹੈ। ਅੱਜ ਤਾਂ ਸਵਾਲ ਇਹ ਉੱਠਦਾ ਕਿ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਅਖੌਤੀ ਵਾਰਸ ਦੱਸਣ ਵਾਲੇ, ਸ਼ਹੀਦ ਭਗਤ ਸਿੰਘ ਜੀ ਦੀ ਨਕਲ ਮਾਰ ਕੇ ਉਹ ਪੱਗਾਂ ਪੀਲੀਆਂ ਬੰਨਣ ਵਾਲੇ, ਅੱਜ ਕਿਉਂ ਡਰ ਕੇ ਪਹਿਲਾਂ 10 ਦਿਨ ਪੰਜਾਬ ਦੇ ਵਿੱਚ ਲੁਕੇ ਬੈਠੇ ਰਹੇ, ਹੁਣ ਜਾ ਕੇ ਦਿੱਲੀ ਦੇ ਵਿੱਚ ਲੁਕੇ ਬੈਠ ਗਏ? ਜੇ ਸੱਚੇ ਹੋ, ਜੇ ਤੁਸੀਂ ਕੋਈ ਨਹੀਂ ਕਾਰਾ ਕੀਤਾ, ਜੇ ਨਹੀਂ ਭ੍ਰਸ਼ਟ, ਜੇ ਨਹੀਂ ਤੁਸੀਂ ਐਕਸਾਈਜ਼ ਘੁਟਾਲੇ ਦੇ ਵਿੱਚ ਇਨਵੋਲਵ, ਫਿਰ ਤੁਸੀਂ ਈਡੀ ਅੱਗੇ ਪੇਸ਼ ਕਿਉਂ ਨਹੀਂ ਹੁੰਦੇ? ਹੁਣ ਡਰ ਕੇ ਕਿਉਂ ਲੁਕੇ ਹੋਏ ਹੋ? ਇਹੀ ਸਵਾਲ ਮੇਰਾ ਜਿੰਨੇ ਇਹਨਾਂ ਦੇ ਬੁਲਾਰੇ ਨੇ ਉਹਨਾਂ ਨੂੰ ਹੈ ਕਿ ਹੁਣ ਸਾਹਮਣੇ ਆਓ, ਇਸ ਗੱਲ ਦਾ ਜਵਾਬ ਦਿਓ, ਕਿਉਂਕਿ ਅੱਜ ਤੁਸੀਂ ਸਾਬਤ ਕਰਤਾ ਕਿ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਨ ਦੇ ਕਾਬਲ ਨਹੀਂ, ਕਿਉਂਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ, ਪੰਜਾਬ ਸੂਰਮੇ ਬਹਾਦਰਾਂ ਦੀ ਧਰਤੀ ਹੈ, ਜਿਹਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ, ਆਜ਼ਾਦੀ ਦੀ ਲੜਾਈ ਲੜੀ, ਕਾਲੇ ਪਾਣੀ ਦੀ ਸਜ਼ਾ ਹੰਢਾਈ, ਐਮਰਜੈਂਸੀ ਦੇ ਖਿਲਾਫ ਲੜਾਈ ਲੜੀ, ਦੇਸ਼ 'ਤੇ ਜੰਗਾਂ ਦੀ ਪੀੜ ਪਈ, ਪੰਜਾਬ ਨੇ ਆਪਣੇ ਪਿੰਡੇ 'ਤੇ ਹੰਢਾਈ, ਅਤੇ ਪੰਜਾਬ ਦੀ ਅਗਵਾਈ ਉਹ ਲੋਕ ਨਹੀਂ ਕਰ ਸਕਦੇ ਜਿਹੜੇ ਈਡੀ ਦੇ ਸੰਮਨਾਂ ਤੋਂ ਡਰ ਕੇ ਲੁਕਦੇ ਫਿਰਦੇ ਹੋਣ, ਅਤੇ ਉਹਨਾਂ ਕੋਲ ਕੋਈ ਜਵਾਬ ਨਾ ਹੋਵੇ? ਹੈ ਇਸ ਗੱਲ ਦਾ ਕੋਈ ਜਵਾਬ? ਅਤੇ ਹੁਣ ਭਗਵੰਤ ਮਾਨ ਸਾਹਿਬ ਵੀ ਖਿਸਕ ਗਏ ਹੌਲੀ ਕੁ ਦੇਣੇ, ਕਿਉਂਕਿ ਪਤਾ ਵੀ ਆਹੀ ਈਡੀ ਦਾ ਘੁਟਾਲਾ ਹੈ, ਇਹਦੇ 'ਚ ਪੈੜਾਂ ਇਹਦੀਆਂ ਪੰਜਾਬ ਤੱਕ ਵੀ ਆਉਣੀਆਂ ਨੇ, ਪੰਜਾਬ ਦੇ ਮੰਤਰੀ ਇਹਦੇ 'ਚ ਇਨਵੋਲਵ ਨੇ, ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਣੀਆਂ ਨੇ, ਇਹ ਤਾਂ ਆਉਣੀਆਂ ਨੇ ਨਾ ਪੈੜਾਂ, ਤਾਂ ਸਪਸ਼ਟ ਪਤਾ, ਸਭ ਨੂੰ ਪਤਾ। ਜਿਸ ਤਰੀਕੇ ਇਹਨਾਂ ਨੇ 2 IAS ਅਫਸਰਾਂ ਦੀ ਜਿਹੜੀ ਮੰਗੀ ਸੀ ਸੈਂਕਸ਼ਨ, CBI ਨੇ ਇਹਨਾਂ ਨੇ ਡਿਨਾਈ ਕੀਤੀ, ਉੱਥੋਂ ਇਹਨਾਂ ਦੀ ਚੋਰੀ ਸਪਸ਼ਟ ਹੈ। ਅਗਰ ਇਹ ਡਿਨਾਈ ਨਾ ਕਰਦੇ ਤਾਂ ਇਹਨਾਂ ਦੇ ਛੇਤੀ ਫੜੇ ਜਾਣੇ ਸੀ, ਹੁਣ ਥੋੜ੍ਹੇ ਦਿਨ ਟੱਪ ਜਾਣਗੇ, ਪਰ ਇਹ ਘੁਟਾਲਾ ਪੰਜਾਬ ਤੱਕ ਵੀ ਆਉਣਾ, ਹੁਣ ਹੱਥਾਂ ਪੈਰਾਂ ਦੀ ਪਈ ਹੈ, ਕਿਉਂਕਿ ਸਿਸੋਦੀਆ ਅੰਦਰ, ਸੰਜੇ ਸਿੰਘ ਅੰਦਰ, ਜੈਨ ਸਾਹਿਬ ਅੰਦਰ, ਕੇਜਰੀਵਾਲ ਸਾਹਿਬ ਅੰਦਰ ਜਾਣ ਦੀ ਦੇਰ ਹੈ, ਔਰ ਫਿਰ ਇਹ ਘੁਟਾਲਾ ਪੰਜਾਬ ਦੇ ਵਿੱਚ ਆਉਣਾ, ਕਿਉਂਕਿ ਉਹੀ ਲੋਕ ਜਿਹੜੇ ਦਿੱਲੀ 'ਚ ਇਹ ਕੰਮ ਕਰ ਰਹੇ ਸੀ, ਉਹੀ ਪੰਜਾਬ ਦੇ ਵਿੱਚ ਕਰ ਰਹੇ ਨੇ। ਸੋ ਅੱਜ ਦਾ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਦੇ ਲਈ ਕੋਈ ਵੱਖਰਾ ਸੰਵਿਧਾਨ ਹੈ? ਕੀ ਇਹਨਾਂ ਦੇ ਲਈ ਬਾਬਾ ਸਾਹਿਬ ਅੰਬੇਦਕਰ ਕੁਛ ਵੱਖ ਲਿਖ ਕੇ ਗਏ ਸੀ ਸੰਵਿਧਾਨ 'ਚ ਕਿ ਇੱਕ ਪਾਰਟੀ ਆਊਗੀ ਉਹਦੇ ਬਾਰੇ ਉਹਨਾਂ ਨੇ ਕੁਛ ਵੱਖ ਲਿਖਤਾ ਸੀ ਕਿ ਭਾਈ ਉਹਨਾਂ ਨੂੰ ਪ੍ਰਿਵਿਲੇਜ ਹੋਣਗੇ, ਉਹ ਕਿਉਂਕਿ ਉਹ ਢੋਂਗ ਇਹੋ ਜਿਹੇ ਕਰਨਗੇ, ਇਹੋ ਜਿਹਾ ਤਾਂ ਕੁਛ ਨਹੀਂ ਲਿਖਿਆ ਉਹਨਾਂ ਨੇ। ਸੋ ਇਸ ਗੱਲ ਦੀ ਜਵਾਬਦੇਹੀ, ਔਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਦੇਖੋ ਭਗਵੰਤ ਮਾਨ ਸਾਹਿਬ ਬੜੇ ਸ਼ਾਤਰ ਤਰੀਕੇ ਦੇ ਨਾਲ ਅੱਜ ਅਰਵਿੰਦ ਕੇਜਰੀਵਾਲ ਕਿਉਂਕਿ ਪੇਸ਼ ਨਹੀਂ ਹੋ ਰਹੇ, ਈਡੀ ਲੱਭਦੀ ਫਿਰਦੀ ਹੈ, ਲੁਕੇ ਹੋਏ ਨੇ, ਭਗਵੰਤ ਮਾਨ ਸਾਹਿਬ ਸੂਬੇ ਤੋਂ ਬਾਹਰ ਕਿਤੇ ਜਾ ਕੇ ਵਿਪਾਸਨਾ ਕਰ ਰਹੇ ਨੇ, ਤਾਂ ਇੱਕ ਸ਼ਾਤਰ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੰਜ ਕੱਸਦੇ ਨੇ, ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬ ਬਚਾਓ। ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧੇ ਪਹਿਲਾਂ ਤਾਂ 2 ਸਵਾਲ ਕਰਦਾ। ਮੁੱਖ ਮੰਤਰੀ ਸਾਹਿਬ, ਜਿਸ ਪੰਜਾਬ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਪੰਜਾਬ ਨੂੰ ਜੇ ਕਿਸੇ ਨੇ ਡਿਵੈਲਪ ਕੀਤਾ, ਉਸ ਪੰਜਾਬ ਦੇ ਵਿੱਚ ਜੇ ਕਿਸੇ ਨੇ ਇਨਫਰਾਸਟ੍ਰਕਚਰ ਖੜ੍ਹਾ ਕੀਤਾ, ਉਹਦੇ 'ਚ ਇੱਕ ਬਹੁਤ ਵੱਡਾ ਯੋਗਦਾਨ ਪੰਜਾਬ ਦੇ ਮਹਿਬੂਬ ਨੇਤਾ ਜਿਹੜੇ 5 ਵਾਰ ਮੁੱਖ ਮੰਤਰੀ ਰਹੇ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ, ਤੁਹਾਡੇ ਪਿਤਾ ਜੀ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਰਹੇ ਨੇ, ਉਹ ਇਨਫਰਾਸਟ੍ਰਕਚਰ ਕਿਹਨੇ ਖੜ੍ਹਾ ਕੀਤਾ ਸੀ? ਉਹ ਪੁਰਾਣੀਆਂ ਸਰਕਾਰਾਂ ਨੇ, ਅਤੇ ਬਾਦਲ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ, ਤਾਂ ਤੁਹਾਡੇ ਪਿਤਾ ਜੀ ਉੱਥੇ ਨੌਕਰੀ ਲੱਗੇ, ਤਾਂ ਤੁਸੀਂ ਅੱਜ ਇਹ ਗੱਲਾਂ ਕਰਨ ਜੋਗੇ ਹੋਏ ਹੋ, ਕਿਉਂਕਿ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਇੱਕ ਚੰਗਾ ਜੀਵਨ ਦਿੱਤਾ,
ਇਹ ਉਸੇ ਇਨਫਰਾਸਟ੍ਰਕਚਰ 'ਤੇ ਉਸੇ ਸਰਕਾਰ ਦੀ ਤਨਖਾਹਾਂ ਨਾਲ, ਉਸੇ ਪੰਜਾਬ ਸਰਕਾਰ ਦੀ ਤਨਖਾਹਾਂ ਦੇ ਨਾਲ ਉਹ ਇਨਫਰਾਸਟ੍ਰਕਚਰ ਤੁਹਾਨੂੰ ਮਿਲਿਆ। ਕੀ ਤੁਸੀਂ ਇਹ ਗੱਲਾਂ ਕਰਦੇ? ਔਰ ਉਹੀ ਬਾਦਲ ਸਾਹਿਬ ਜਿਨ੍ਹਾਂ ਦੀਆਂ ਤੁਸੀਂ ਕਿਤੇ ਕਬੱਡੀ ਕੱਪ 'ਚ ਮੈਂ ਕਹਿੰਦਾ ਤਾਰੀਫਾਂ ਕਰਦੇ ਨਹੀਂ ਥੱਕਦੇ ਸੀ, ਤੁਸੀਂ ਤਾਂ ਪਿੱਛੇ ਪਿੱਛੇ ਘੁੰਮਦੇ ਹੁੰਦੇ ਸੀ, ਜਿੱਦਾਂ ਉੱਦਣ ਰਾਹੁਲ ਗਾਂਧੀ ਨਾਲ ਹੱਥ ਮਿਲਾਉਣ ਦੇ ਲਈ ਪਿੱਛੇ ਪਿੱਛੇ ਫਿਰਦੇ ਸੀ, ਤੁਸੀਂ ਬਾਦਲ ਸਾਹਿਬ ਦੇ ਮਗਰ ਵੀ ਮਾਈਕ ਲੈ ਕੇ ਇੱਦਾਂ ਫਿਰਦੇ ਸੀ। ਸੋ ਦਿਨ ਆਪਣੇ ਭੁੱਲੀਦੇ ਨਹੀਂ। ਔਰ ਤੁਸੀਂ ਗੱਲ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ, ਮੈਂ ਤੁਹਾਨੂੰ ਚੈਲੰਜ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਮੋਟੇ ਮੋਟੇ ਕੰਮ ਗਿਣਾ ਦਿੰਦਾ। ਵੈਸੇ ਤਾਂ ਬਹੁਤ ਲੰਬੀ ਚੌੜੀ ਹਿਸਟਰੀ ਹੈ, ਮੋਟੇ ਮੋਟੇ ਜਿਹੜੇ ਵੱਡੇ ਕੰਮ ਨੇ ਸ਼੍ਰੋਮਣੀ ਅਕਾਲੀ ਦਲ ਦੇ। ਮੰਡੀਕਰਨ ਸਿਸਟਮ ਪੰਜਾਬ ਦੇ ਵਿੱਚ ਕਿਹਨੇ ਬਣਾਇਆ ਜੀ? RTI ਦੇ ਵਿੱਚੋਂ ਮੁੱਖ ਮੰਤਰੀ ਹੋ, RTI ਦਾ ਰਿਕਾਰਡ ਕਢਾ ਲਓ, 85% ਮੰਡੀਆਂ ਪੰਜਾਬ 'ਚ ਉਦੋਂ ਬਣੀਆਂ ਜਦੋਂ ਉਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਪੰਜਾਬ ਦੇ ਵਿੱਚ ਵੱਡੇ ਹਸਪਤਾਲ, PGI, AIIMS, Fortis Max, ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਈ ਹੈ। ਤੁਹਾਡੀ ਕੀ ਦੇਣ ਹੈ ਪੰਜਾਬ ਨੂੰ? 10x12 ਦੀ ਪੈਰਾਸੀਟਾਮੋਲ ਦੀ ਦੁਕਾਨ, ਉਹ ਵੀ ਅਰਵਿੰਦ ਕੇਜਰੀਵਾਲ ਦਾ ਫੇਲ ਮਾਡਲ, ਜਿਹਦੇ ਕਰਕੇ ਅੱਜ ਪੰਜਾਬ ਦਾ ਕੇਂਦਰ ਨੇ ਫੰਡ ਰੋਕਤਾ ਕਿ ਜੀ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਮਹੱਲਾ ਕਲੀਨਿਕ 'ਚ ਬਰਬਾਦ ਕੀਤਾ ਜਾ ਰਿਹਾ, ਕੇਜਰੀਵਾਲ ਅਤੇ ਭਗਵੰਤ ਮਾਨ ਸਾਹਿਬ ਦੀ ਫੋਟੋਆਂ ਲਾਉਣ ਲਈ ਬਰਬਾਦ ਕੀਤਾ ਜਾ ਰਿਹਾ। ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿਜਲੀ ਬਿੱਲ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ, ਬਾਦਲ ਸਾਹਿਬ ਨੇ ਮਾਫ਼ ਕੀਤੇ। ਕਿਸਾਨ ਦੇ ਟਰੈਕਟਰ ਨੂੰ ਉਹਦਾ ਗੱਡਾ ਕਹਿ ਕੇ ਉਹਦੀ ਰਜਿਸਟ੍ਰੇਸ਼ਨ ਇਹ ਬਾਦਲ ਸਾਹਿਬ ਨੇ ਮਾਫ਼ ਕੀਤੀ। ਇਹ ਵੱਡਾ ਰੋਡ ਨੈੱਟਵਰਕ, ਬਠਿੰਡਾ ਰਿਫਾਇਨਰੀ, ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਈ ਪੰਜਾਬ ਦੇ ਵਿੱਚ। 24 ਘੰਟੇ ਸਰਪਲਸ ਬਿਜਲੀ, ਜਿਹਦੀ ਅੱਜ ਦੁਹਾਈ ਦਿੰਦੇ ਹੋ, ਇੰਡਸਟਰੀਲਿਸਟ ਬੁਲਾਉਂਦੇ ਹੋ ਬਾਹਰਲੇ ਕਿ ਜੀ ਉਰੇ 24 ਘੰਟੇ ਸਰਪਲਸ ਬਿਜਲੀ ਹੈ, ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਦੇਣ ਹੈ। ਪਰ ਅੱਜ ਇੰਡਸਟਰੀ ਤਾਂ ਵੀ ਪੰਜਾਬ ਨਹੀਂ ਆਉਣਾ ਚਾਹੁੰਦੀ ਕਿਉਂਕਿ ਪੰਜਾਬ ਨੂੰ ਤੁਸੀਂ ਗੈਂਗਲੈਂਡ ਬਣਾਤਾ। ਪੰਜਾਬ ਦੇ ਵਿੱਚ ਫਰੌਤੀਆਂ ਮੰਗੀਆਂ ਜਾ ਰਹੀਆਂ ਨੇ, ਖਿਡਾਰੀਆਂ ਦੇ, ਵਪਾਰੀਆਂ ਦੇ, ਇੰਡਸਟਰੀਲਿਸਟਾਂ ਦੇ ਕਤਲ ਹੋ ਰਹੇ ਨੇ, ਤਾਂ ਅੱਜ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਕਰਨ ਨਹੀਂ ਆ ਰਿਹਾ। ਇਨਫਰਾਸਟ੍ਰਕਚਰ ਰੋਡਸ ਦਾ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਸੋਹਣਾ ਬਣਾਇਆ ਸੀ। ਹਾਈ ਕੋਰਟ ਨੇ ਤੁਹਾਡੀ ਸਰਕਾਰ ਬਾਰੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਵਕਾਰੀ ਹੈ। ਇਹ ਵੱਡਾ ਕਲੰਕ ਤੁਸੀਂ ਲਵਾਇਆ ਪੰਜਾਬ ਦੇ ਸਿਰ 'ਤੇ। ਜੰਗੇ ਆਜ਼ਾਦੀ, ਵਿਰਾਸਤੇ ਖਾਲਸਾ, ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਖੂਬਸੂਰਤ ਗਲਿਆਰਾ, ਇਹ ਕਿਹਨੇ ਬਣਾਇਆ? ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਣਾਇਆ। ਸੋਸ਼ਲ ਵੈਲਫੇਅਰ ਸਕੀਮਾਂ, ਬੁਢਾਪਾ ਪੈਨਸ਼ਨ, ਬੱਚੀਆਂ ਨੂੰ ਵਜ਼ੀਫੇ, ਸਾਈਕਲ, ਆਟਾ ਦਾਲ, ਜਿਹਨੂੰ ਹੁਣ ਤੁਸੀਂ ਕਾਪੀ ਕੀਤਾ ਦੁਬਾਰਾ, ਇਹ 2007 ਦੇ ਵਿੱਚ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਸੀ ਪੰਜਾਬ ਦੇ ਵਿੱਚ, ਮੁੜ ਕੇ ਦੇਸ਼ ਨੇ ਇਹਨੂੰ ਕਾਪੀ ਕੀਤਾ। ਉਸ ਤੋਂ ਬਾਅਦ ਜਿਹੜਾ ਤੀਰਥ ਯਾਤਰਾ ਸਕੀਮ, ਇਹ ਤੁਸੀਂ ਬਾਦਲ ਸਾਹਿਬ ਦੀ ਕਾਪੀ ਕੀਤੀ। ਉੱਦਣ ਮੈਨੂੰ ਬੜੀ ਖੁਸ਼ੀ ਹੋਈ, ਮਾਈ ਭਾਗੋ ਇੰਸਟੀਟਿਊਟ ਦਾ ਜ਼ਿਕਰ ਕਰਦੇ ਸੀ ਕਿ ਜੀ ਕੇਂਦਰ ਨੇ ਝਾਕੀ ਰਿਜੈਕਟ ਕਰਤੀ, ਅਸੀਂ ਤਾਂ ਇੰਸਟੀਟਿਊਟ ਬਣਾਇਆ। ਉਹ ਕਿਹਨੇ ਬਣਾਇਆ ਸੀ ਪੰਜਾਬ 'ਚ ਮਾਨਸਾ? ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀ। ਇਹ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪੰਜਾਬ ਦਾ ਡਿਵੈਲਪਮੈਂਟ ਮਾਡਲ। ਇਹ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਮਾਡਲ, ਅਤੇ ਇਹ ਸੀ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਗਰੀਬ ਕਮਜ਼ੋਰ ਦੀ ਬਾਂਹ ਫੜ ਕੇ ਉਹਨੂੰ ਨਾਲ ਲੈ ਕੇ ਚੱਲਣ ਦਾ ਮਾਡਲ। ਤੁਸੀਂ ਮੁਕਾਬਲਾ ਕਰੋਗੇ ਸ਼੍ਰੋਮਣੀ ਅਕਾਲੀ ਦਲ ਦਾ? ਇਹ 15 ਸਾਲ ਦੀ ਜਿਹੜੀ ਗੱਲ ਕਰਦੇ ਹੋ, ਇਹ ਜਿਸ ਪੰਜਾਬ ਦੇ ਵਿੱਚ 7 ਸਾਲ ਤੁਸੀਂ ਅਤੇ ਕਾਂਗਰਸ ਨੇ ਕੱਢਤੇ ਜਿਹਦੇ 'ਚ ਕਿੱਟ ਤੱਕ ਨਹੀਂ ਲੱਗੀ, ਇਹ ਉਸੇ ਇਨਫਰਾਸਟ੍ਰਕਚਰ 'ਤੇ ਚੱਲ ਰਿਹਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣਾ ਕੇ ਗਿਆ ਸੀ। ਹਲੇ ਮੈਂ ਪ੍ਰਾਈਵੇਟ ਇਨਵੈਸਟਮੈਂਟਾਂ ਦੀ ਗੱਲ ਨਹੀਂ ਕਰ ਰਿਹਾ, ਉਹਦੇ 'ਚ ਨਾਈਪਰ, ਆਈਸ਼ਰ, ਨੈਰੋਲੈਕ ਵਰਗੀਆਂ ਕੰਪਨੀਆਂ, ਇਨਫੋਸਿਸ ਵਰਗੀਆਂ ਕੰਪਨੀਆਂ ਜਿਹੜੀਆਂ ਪੰਜਾਬ ਦੇ ਵਿੱਚ ਨੇ। ਇਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਡਿਵੈਲਪਮੈਂਟ ਵਿਜ਼ਨ ਸੀ।
ਤੁਸੀਂ ਗੱਲ ਕਰੋਗੇ? ਤੁਹਾਡੇ ਕੋਲ ਹੈ ਕੀ ਹੈ ਪੰਜਾਬ ਦੇ ਵਿੱਚ ਗੱਲ ਕਰਨ ਨੂੰ? ਤੁਹਾਡੇ ਕੋਲ ਗੱਲ ਕਰਨ ਨੂੰ ਹੈ ਵਿਜੇ ਸਿੰਗਲਾ। ਕੌਣ ਵਿਜੇ ਸਿੰਗਲਾ? ਜਿਹਨੂੰ ਤੁਸੀਂ ਕਿਹਾ ਕਿ ਭ੍ਰਿਸ਼ਟ ਹੈ, ਮੰਤਰੀ ਹੈ, ਭ੍ਰਿਸ਼ਟ ਹੈ, ਪਰ ਕਿਉਂਕਿ ਆਪਣਿਆਂ ਲਈ ਵੱਖਰਾ ਕਾਨੂੰਨ ਹੈ, ਸ਼ਾਇਦ ਸੰਵਿਧਾਨ ਦੇ ਵਿੱਚ ਵੱਖ ਪ੍ਰਾਵਧਾਨ ਹੈ ਕਿ ਜਿਹੜਾ ਆਮ ਆਦਮੀ ਪਾਰਟੀ 'ਚ ਆ ਗਿਆ ਉਹਦੇ ਲਈ ਕਾਨੂੰਨ ਵੱਖਰੇ ਨੇ, ਇਸ ਲਈ ਉਹਦੇ 'ਤੇ ਪੀ ਸੀ ਐਕਟ ਦਾ ਪਰਚਾ ਨਹੀਂ ਦਰਜ ਕਰਦੇ, ਉਹਨੂੰ ਇੱਕ ਮਾਮੂਲੀ ਜਿਹੇ ਥਾਣੇ 'ਚ ਪਰਚਾ ਦਰਜ ਕਰਕੇ ਆਪਣੀ TRP ਐਕਸਰਸਾਈਜ਼ ਕਰਕੇ ਉਹਨੂੰ ਮੁੜ ਕੇ ਆਪਾਂ ਛੱਡ ਦਿੰਦੇ ਹਾਂ। ਤੁਹਾਡੇ ਕੋਲ ਨੇ ਸਰਾਰੀ ਸਾਹਿਬ, ਜਿਨ੍ਹਾਂ ਦੀ ਕਰਪਸ਼ਨ ਤਾਂ ਤੁਸੀਂ ਮੰਨ ਲਈ, ਪਰ ਉਹਨਾਂ ਨੂੰ ਤੁਸੀਂ ਐਕਸ਼ਨ ਨਹੀਂ ਲਿਆ, ਕੋਈ ਪਰਚਾ ਨਹੀਂ ਦਰਜ ਕੀਤਾ। ਤੁਹਾਡੇ ਕੋਲ ਹੈ ਤੁਹਾਡੇ ਅਨਮੋਲ ਰਤਨ ਅਮਿਤ ਰਤਨ ਸਾਹਿਬ, ਇਹ ਗਿਣਤੀ ਤਾਂ ਹੈ ਤੁਹਾਡੇ ਅਨਮੋਲ ਹੀਰਿਆਂ ਦੀ, ਕਿਉਂਕਿ ਕੇਜਰੀਵਾਲ ਸਾਹਿਬ ਦਾ ਇੱਕ ਝੂਠ ਇਹ ਵੀ ਸੀ ਕਿ ਭਾਈ ਅਸੀਂ ਤਾਂ ਚੁਣ ਚੁਣ ਕੇ ਲਿਆਉਂਦੇ ਹਾਂ, ਅਸੀਂ ਤਾਂ ਬੈਕਗਰਾਊਂਡ ਚੈੱਕ ਕਰਕੇ ਲਿਆਉਂਦੇ ਹਾਂ। ਤੁਹਾਡੇ ਕੋਲ ਹੈ ਜਲਾਲਾਬਾਦ ਵਾਲੇ ਗੋਲਡੀ ਕੰਬੋਜ, ਜਿਹੜੇ ਲੋਕਾਂ ਨੂੰ ਪਤਾ ਨਹੀਂ ਕਿਹੜੇ ਝੂਠੇ ਰੇਪ ਦੇ ਪਰਚਿਆਂ 'ਚ ਜਿਨ੍ਹਾਂ ਦਾ ਪਰਿਵਾਰ ਫਸਾਉਂਦਾ ਸੀ, ਅਤੇ ਤੁਹਾਡੇ ਕੋਲ ਹੈ ਅੱਜ ਦੀ ਤਾਰੀਖ ਦੇ ਵਿੱਚ ਕਟਾਰੂ ਚੱਕ, ਕੋਈ ਐਕਸ਼ਨ ਲੈ ਲਿਆ? ਇਹ ਹੈ ਤੁਹਾਡਾ ਮਾਡਲ? ਮਤਲਬ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਡਿਵੈਲਪਮੈਂਟ ਦਾ ਵਿਜ਼ਨ, ਲੋਕਾਂ ਨੂੰ ਸਹੂਲਤਾਂ ਦਾ ਵਿਜ਼ਨ, ਇੱਕ ਲੰਬੀ ਚੌੜੀ ਵਿਰਾਸਤ, ਅਤੇ ਤੁਹਾਡੀ ਵਿਰਾਸਤ ਕੀ ਹੈ? ਤੁਸੀਂ ਕੀ ਦੱਸਿਆ ਕਰੋਗੇ ਕਿ ਸਾਡੀ ਵਿਰਾਸਤ ਕਟਾਰੂ ਚੱਕ ਸੀ? ਇਹ ਹੈ ਤੁਹਾਡੀ ਲੋਕਾਂ ਦੀ ਵਿਰਾਸਤ? ਔਰ ਦੇਸ਼ ਦੇ ਵਿੱਚ ਦੋ ਦੋ ਕਾਨੂੰਨ ਕਿਉਂ ਚੱਲਦੇ ਨੇ ਇਹ ਵੀ ਦੱਸਿਆ ਜਾਵੇ, ਕਿਉਂਕਿ ਮੇਰੇ ਨਾਲ ਅੱਜ ਦੀਪਾ ਜੀ ਮੌਜੂਦ ਨੇ। ਦੀਪਾ ਜੀ ਦਾ ਜਿਹੜਾ ਕੇਸ ਅਮਨ ਅਰੋੜਾ ਨਾਲ ਚੱਲ ਰਿਹਾ ਸੀ, ਜਿਹਦੇ 'ਚ ਅਮਨ ਅਰੋੜਾ ਨੂੰ ਕਨਵਿਕਸ਼ਨ ਹੋਈ ਹੈ, ਹੁਣ ਸੁਪਰੀਮ ਕੋਰਟ ਦੀ ਧੱਜੀਆਂ ਕਿਵੇਂ ਉਡਾਉਂਦੇ ਨੇ? ਜਿੱਦਾਂ ਮੈਂ ਕਿਹਾ ਕਿ ਜੇ ਤਾਂ ਸੁਪਰੀਮ ਕੋਰਟ ਆਫ ਇੰਡੀਆ ਇਹ ਕਹਿ ਦੇਵੇ ਕਿ ਗਵਰਨਰ ਸਾਹਿਬ ਨੇ ਸੈਸ਼ਨ ਨੂੰ ਇਲੀਗਲ ਕਹਿ ਕੇ ਗਲਤ ਕੀਤਾ, ਫਿਰ ਤਾਂ ਕਹਿੰਦੇ ਨੇ ਜੀ ਸੰਵਿਧਾਨ ਬਚਾ ਲਿਆ ਸੁਪਰੀਮ ਕੋਰਟ ਨੇ। ਅਤੇ ਉਸੇ ਸੁਪਰੀਮ ਕੋਰਟ ਨੇ ਲਿਲੀ ਥੋਮਸ ਦੀ ਜੱਜਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਦੋਂ ਕਿਸੇ ਨੂੰ ਕਨਵਿਕਸ਼ਨ ਹੋ ਗਈ, ਉਹ ਬੰਦਾ ਆਟੋਮੈਟਿਕਲੀ ਡੀਸੀਟ ਹੋ ਗਿਆ ਆਪਣੀ ਵਿਧਾਨ ਸਭਾ ਤੋਂ, ਉਹ MLA ਹੀ ਸੀਜ਼ਿਸ ਟੂ ਬੀ ਅ ਮੈਂਬਰ ਆਫ ਵਿਧਾਨ ਸਭਾ ਔਰ ਪਾਰਲੀਮੈਂਟ। ਤਾਂ ਭਗਵੰਤ ਮਾਨ ਸਾਹਿਬ ਸੁੱਤੇ ਪਏ ਨੇ ਉੱਥੇ, ਸੁਪਰੀਮ ਕੋਰਟ ਕਿਉਂ ਇਹਨਾਂ ਨੂੰ ਛੋਟੀ ਲੱਗਣ ਲੱਗ ਜਾਂਦੀ ਹੈ? ਮੈਂ ਤਾਂ ਦੇਸ਼ ਦੀ ਅਦਾਲਤ ਨੂੰ ਬੇਨਤੀ ਕਰਦਾ ਕਿ ਪਹਿਲਾਂ ਤਾਂ ਇਹਨਾਂ ਨੂੰ ਹੀ ਕੰਟੈਂਪਟ 'ਚ ਬੁਲਾਓ ਸਾਰਿਆਂ ਨੂੰ, ਜਿਹੜੇ ਸੁਪਰੀਮ ਕੋਰਟ ਦੇ ਆਰਡਰਸ ਨੂੰ ਆਪਣੇ ਮੁਤਾਬਕ ਇੰਟਰਪ੍ਰੇਟ ਕਰਦੇ ਨੇ। ਮੈਂ ਦੀਪਾ ਜੀ ਨੂੰ ਜ਼ਰੂਰ ਕਹੂੰਗਾ ਕਿ ਉਸ ਕੇਸ ਬਾਰੇ ਤੁਹਾਡੇ ਨਾਲ ਥੋੜ੍ਹਾ ਸ਼ੇਅਰ ਕਰਨ, ਕਿਉਂਕਿ ਦੀਪਾ ਜੀ ਲਗਾਤਾਰ ਰੀਪ੍ਰਜੈਂਟੇਸ਼ਨਾਂ ਵੀ ਦੇ ਰਹੇ ਨੇ, ਸਪੀਕਰ ਸਾਹਿਬ ਆਨਾਕਾਨੀ ਵੀ ਕਰ ਰਹੇ ਨੇ, ਦੀਪਾ ਜੀ ਦੱਸਣਗੇ। ਪਰ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਇਹ ਜਿਹੜੀ ਦੋਹਰੀ ਨੀਤੀ ਹੈ, ਇਹਦੇ ਬਾਰੇ ਜਵਾਬਦੇਹੀ ਅੱਜ ਆਮ ਆਦਮੀ ਪਾਰਟੀ ਦੀ ਵੱਡੀ ਹੈ, ਇਹ ਲੋਕਾਂ ਨੂੰ ਜਵਾਬ ਦੇਣ। ਦੀਪਾ ਜੀ ਨਾਲ ਸਤਿ ਸ਼੍ਰੀ ਅਕਾਲ ਸਾਥੀਓ, ਕੁਛ ਡਿਟੇਲ ਦੱਸੀ ਹੈ ਹਰਸ਼ਦੀਪ ਜੀ ਨੇ ਜਿਹੜਾ ਇਸ ਬਾਰੇ ਕਿ ਅਮਨ ਅਰੋੜਾ ਸੋ ਕਾਲਡ, ਮੈਂ ਕਹੂੰਗਾ ਜੋ ਅੱਜ ਕਾਨੂੰਨ ਦੇ ਨਿਗਾਹ ਦੇ ਵਿੱਚ ਅੱਜ ਨਾ MLA ਹੈ ਨਾ ਮੰਤਰੀ ਹੈ, ਬੜਾ ਕਲੀਅਰ ਸੁਪਰੀਮ ਕੋਰਟ ਦੀ ਜੱਜਮੈਂਟ ਹੈ 2013 ਦੀ ਲਿਲੀ ਥੋਮਸ ਦੇ ਕੇਸ, ਕੋਈ ਵੀ MLA MP MLC ਜਿਸ ਨੂੰ 2 ਸਾਲ ਜਾਂ 2 ਸਾਲ ਤੋਂ ਵੱਧ ਕਿਸੇ ਕ੍ਰਿਮੀਨਲ ਕੇਸ 'ਚ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਵਿਦ ਇਮੀਜੀਏਟ ਇਫੈਕਟ, ਉਹ ਡੀਸੀਟ ਹੋ ਜਾਂਦਾ, ਆਪਣਾ ਉਹਦੀ ਮੈਂਬਰਸ਼ਿਪ ਚਲੀ ਜਾਂਦੀ ਹੈ। ਜੇ 2:17 'ਤੇ ਸੁਨਾਮ ਦੀ ਕੋਰਟ ਨੇ ਫੈਸਲਾ ਲਿਆ, ਸਜ਼ਾ ਸੁਣਾਈ, ਤਾਂ ਮੈਂ ਸਮਝਦਾ 2:18 'ਤੇ ਅਮਨ ਅਰੋੜਾ MLA ਨਹੀਂ ਸੀ, ਪਰ ਸਰਕਾਰ ਭਗਵੰਤ ਮਾਨ ਸਾਹਿਬ ਦੀ, ਕੇਜਰੀਵਾਲ ਸਾਹਿਬ ਦੀ, ਜਿਹੜੀ ਕੱਟੜ ਇਮਾਨਦਾਰ ਆਪਦੇ ਆਪ ਨੂੰ ਕਹਿੰਦੇ ਔਰ ਨੈਤਿਕਤਾ ਦੀ ਗੱਲ, ਬੜੇ 10 ਸਾਲ ਹੋ ਗਏ ਜਦੋਂ ਦੇ ਰਾਜਨੀਤੀ 'ਚ ਆਇਆ ਕਿ ਅਸੀਂ ਰਾਜਨੀਤੀ
ਬਦਲਣ ਆਏ ਹਾਂ, ਅਸੀਂ ਰਾਜਨੀਤੀ ਕਰਨ ਨਹੀਂ ਆਏ ਕੇਜਰੀਵਾਲ ਸਾਹਿਬ ਦੇ, ਅਸੀਂ ਬਦਲਣ ਆਏ ਹਾਂ, ਰਾਜਨੀਤੀ ਸਿਖਾਉਣ ਆਏ ਹਾਂ। ਇਹ ਰਾਜਨੀਤੀ ਸਿਖਾ ਰਹੇ ਔਰ ਬੜਾ ਕਹਿੰਦੇ ਹੁੰਦੇ ਸੀ ਟਿਕਟਾਂ ਤੋਂ ਪਹਿਲਾਂ ਕਿ ਅਸੀਂ ਆਪਣਾ ਜਿਹੜਾ ਐੱਮ ਐੱਲ ਏ ਦੀ ਜਿਹਨੂੰ ਟਿਕਟ ਦੇਣੀ ਹੈ, 3 C's ਇੰਗਲਿਸ਼ ਦੀਆਂ, 3 C ਉਹਦੇ 'ਚ ਦੇਖਾਂਗੇ ਕਿ ਉਹਦੇ 'ਤੇ ਕੋਈ ਕਰਪਸ਼ਨ ਦੇ ਚਾਰਜਿਸ ਤਾਂ ਨਹੀਂ ਹੈ ਜਿਹੜਾ ਸਾਡੇ ਕੋਲ ਟਿਕਟ ਅਪਲਾਈ ਕਰ ਰਿਹਾ, ਕਿ ਉਹਦੇ ਕਰੈਕਟਰ ਤਾਂ ਨਹੀਂ ਹੁੰਦਾ ਤਾਂ ਕੋਈ ਪੁਰਾਣਾ ਹੁੰਦਾ ਅਤੇ ਕਰੈਕਟਰ 'ਤੇ ਕੋਈ ਉਹਦੇ 'ਤੇ ਉਂਗਲ ਉੜਦੀ ਹੋਵੇ, ਜਾਂ ਉਹ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ। ਪਰ ਇਸ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਹੋ ਚੁੱਕੀ ਹੈ ਅਤੇ ਫਿਰ ਵੀ ਕੇਜਰੀਵਾਲ ਸਾਹਿਬ ਨੂੰ ਇਹ ਵਿਕ ਨਹੀਂ ਰਿਹਾ, ਉਹ ਨੈਤਿਕਤਾ ਦੀ ਗੱਲ ਕਰਨ ਵਾਲੀ ਪਾਰਟੀ ਅੱਜ ਇਸ 'ਤੇ ਬੋਲ ਨਹੀਂ ਰਹੀ। ਅਸੀਂ ਜਿਸ ਦਿਨ ਦਾ ਇਹ ਫੈਸਲਾ ਆਇਆ ਉਸ ਦਿਨ ਦੀ ਸਾਡੀ ਪਾਰਟੀ ਟਰਾਈ ਕਰ ਰਹੀ ਸੀ ਕਿ ਕਿਉਂਕਿ ਇੱਕ ਨੋਟੀਫਿਕੇਸ਼ਨ ਜ਼ਰੂਰ ਕਰਨੀ ਹੁੰਦੀ ਹੈ, ਸਪੀਕਰ ਸਾਹਿਬ ਨੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਅਵੋਇਡ ਕਰ ਰਹੇ ਸੀ ਸਾਡੇ ਜਿਹੜਾ ਡੈਪੂਟੇਸ਼ਨ ਹੈ ਮਿਲਣ ਤੋਂ। ਡਾਕਟਰ ਸੁਖਵਿੰਦਰ ਸਿੰਘ ਸੁੱਖੀ ਜੀ ਨੇ ਹਾਰ ਕੇ ਫਿਰ ਉਹਨਾਂ ਦੇ ਦਫ਼ਤਰ ਦੇ ਵਿੱਚ ਅਸੀਂ ਜੋ ਸਾਡੀ ਰਿਪ੍ਰਜੈਂਟੇਸ਼ਨ ਹੈ ਉਹ 27 ਤਰੀਕ ਨੂੰ 27 ਦਸੰਬਰ ਨੂੰ ਸਪੀਕਰ ਸਾਹਿਬ ਦੇ ਨਾਂ ਪਹੁੰਚਾਤੀ ਕਿ ਆਹ ਫੈਸਲਾ ਸੁਨਾਮ ਕੋਰਟ ਦਾ ਜਿਹਦੀ 2 ਸਾਲ ਦੀ ਕਨਵਿਕਸ਼ਨ ਹੋਈ ਹੈ, ਔਰ ਆਹ ਫੈਸਲਾ ਸੁਪਰੀਮ ਕੋਰਟ ਦਾ, ਇਸ 'ਤੇ ਅੱਜ ਤੁਸੀਂ 1 ਮਿੰਟ ਵੀ ਇਹਨਾਂ ਨੂੰ ਰੱਖ ਨਹੀਂ ਸਕਦੇ, ਰੱਖਣਾ ਨਹੀਂ ਚਾਹੀਦਾ। ਪਰ ਹਜੇ ਤੱਕ 8-10 ਦਿਨ ਹੋ ਗਏ, 8-7 ਦਿਨ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ, ਔਰ ਉਸ ਤੋਂ ਬਾਅਦ ਚੈਨਲਸ ਨੇ ਵੀ ਕਵਰ ਕੀਤਾ ਔਰ ਇੱਕ PIL ਵੀ ਪਈ ਹੈ ਹਾਈਕੋਰਟ ਦੇ ਵਿੱਚ। ਤੋ ਸਾਥੀਓ, ਇਸ ਇੰਸੀਡੈਂਟ ਬਾਰੇ ਮੈਂ ਥੋੜ੍ਹਾ ਤੁਹਾਨੂੰ ਬਰੀਫਲੀ ਦੱਸਾਂ। ਅੱਜ ਤੋਂ 15.5 ਸਾਲ ਪਹਿਲਾਂ 3 ਮਾਰਚ 2008 ਨੂੰ ਜਿਹੜਾ ਘਰ 'ਚ ਮੈਂ ਰਹਿ ਰਿਹਾ, ਜਿਹੜਾ ਮੇਰਾ ਆਫਿਸ ਹੈ ਸੁਨਾਮ ਵਿਖੇ, ਜਿਹੜਾ ਅਮਨ ਅਰੋੜਾ ਦੇ ਘਰ ਦੇ ਸਾਹਮਣੇ ਹੈ, ਉੱਥੇ ਤਕਰੀਬਨ ਸ਼ਾਮ ਨੂੰ 4:30-5 ਵਜੇ ਮੇਰੇ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਮੇਰਾ ਅਤੇ ਮੇਰੀ ਵਾਈਫ ਸੋਨੀਆ ਅਰੋੜਾ, ਜਿਹੜੀ ਕਿ ਉਹਨਾਂ ਦੀ ਵੱਡੀ ਸਿਸਟਰ ਵੀ ਹੈ, ਜਾਨਲੇਵਾ ਹਮਲਾ ਕੀਤਾ ਗਿਆ। ਉੱਥੋਂ ਦੀ ਪੁਲਿਸ ਉਦੋਂ ਆਈ ਮੌਕੇ 'ਤੇ, ਬਾਅਦ 'ਚ ਉਹਨਾਂ ਨੇ ਦੇਖਿਆ, ਵਾਕਿਆ ਦੱਸਿਆ ਕਿ ਇਹ ਵਾਕਿਆ ਧੱਕਾ ਹੋਇਆ, ਤੁਹਾਨੂੰ ਇਨਸਾਫ ਮਿਲੂਗਾ। ਉਹ ਜਿਹੜੀ ਪ੍ਰੋਪਰਟੀ ਹੈ ਉਹ 2003 ਦੇ ਵਿੱਚ ਮੈਂ ਕੰਸਟਰਕਸ਼ਨ ਕੀਤੀ ਹੁੰਦੀ, ਇੱਕ ਇੱਕ ਇੱਟ, ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਪ੍ਰੈਸ ਦੇ ਸਾਹਮਣੇ, ਉਸ ਪ੍ਰੋਪਰਟੀ 'ਤੇ ਇੱਕ ਇੱਕ ਇੱਟ, ਉਹਦਾ ਪੁਜ਼ੈਸ਼ਨ, ਉਹਦਾ ਬਿਜਲੀ ਦਾ ਬਿੱਲ, ਉਹ ਮੇਰੇ ਕੋਲ ਹੈ, ਮੇਰਾ, ਔਰ ਰਜਿਸਟਰੀਆਂ ਮੇਰੇ ਕੋਲ ਹੈ। ਔਰ ਕੀ ਵਜ੍ਹਾ ਹੈ ਕਿ 2008 ਦੇ ਵਿੱਚ ਇਹ ਇਸ ਤਰ੍ਹਾਂ ਦਾ ਅਟੈਕ ਕੀਤਾ ਗਿਆ? ਕੋਈ ਇਹ ਅਮਨ ਅਰੋੜਾ ਨੂੰ ਪੁੱਛੋਗੇ, ਸ਼ਾਇਦ ਉਹ ਕਿਸੇ ਵੇਲੇ ਪ੍ਰੈਸ 'ਚ ਕਿਹਾ ਕਿ ਸ਼ਾਇਦ ਕੋਈ ਪ੍ਰੋਪਰਟੀ ਦਾ ਰੋਲ ਹੈ, ਪਰ ਨਹੀਂ, ਕੋਈ ਪ੍ਰੋਪਰਟੀ ਦਾ ਰੋਲਾ ਨਹੀਂ, ਪੋਲੀਟਿਕਸ ਦਾ ਰੋਲ ਹੈ। ਕਿਉਂਕਿ ਅਮਨ ਅਰੋੜਾ 2007 'ਚ ਕਾਮਯਾਬ ਹੋ ਗਿਆ ਸੀ ਕਾਂਗਰਸ ਦੀ ਟਿਕਟ ਲੈਣ 'ਚ, ਮੈਂ ਵੀ ਉਦੋਂ ਕਾਂਗਰਸ ਸੀਗਾ, ਕਾਂਗਰਸ ਦੀ ਟਿਕਟ ਮੈਂ ਵੀ ਮੰਗ ਰਿਹਾ ਸੀ, ਮੈਨੂੰ ਨਹੀਂ ਮਿਲੀ ਸੀ, ਅਮਨ ਅਰੋੜਾ ਨੂੰ ਮਿਲੀ ਸੀ, ਔਰ ਇਹ ਤਕਰੀਬਨ 10,000 ਵੋਟ 'ਤੇ ਹਾਰ ਗਿਆ ਸੀ, ਔਰ ਮੈਂ ਇੰਡੀਪੈਂਡੈਂਟ ਖੜ੍ਹਾ ਸੀ 2007 ਦੇ ਇਲੈਕਸ਼ਨ 'ਚ, ਔਰ ਮੈਂ 19,000 ਵੋਟ ਲੈ ਕੇ ਗਿਆ ਸੀ ਉਸ ਇਲੈਕਸ਼ਨ 'ਚ। ਉਹ ਵਜ੍ਹਾ ਸੀ, ਉਹ ਰੰਜਿਸ਼ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਰਜਿੰਦਰ ਦੀਪਾ ਨੂੰ ਸੁਨਾਮ ਤੋਂ ਪਾਸੇ ਕੀਤਾ ਜਾਵੇ, ਉਸ ਵਜ੍ਹਾ ਨਾਲ ਕੀਤਾ ਸੀ। ਔਰ ਟਾਈਮ ਜ਼ਰੂਰ ਲੱਗ ਗਿਆ ਉਹਦੇ 'ਚ, ਕਿਉਂਕਿ ਇਹਨਾਂ ਨੇ ਇੱਕ ਹਾਈਕੋਰਟ 'ਚ 2013 ਦੇ ਵਿੱਚ ਪਾਤੀ ਸੀ ਕਿ ਸ਼ਾਇਦ ਸਾਡਾ ਕੋਈ ਸਮਝੌਤਾ ਹੋ ਗਿਆ ਸੀ, ਪਰ ਜਿਸ ਨੂੰ ਹਾਈਕੋਰਟ ਨੇ ਬਿਲਕੁਲ ਨਹੀਂ ਮੰਨਿਆ, ਡਿਸਮਿਸ ਕਰਤੀ ਇਹਨਾਂ ਦੀ ਪਲੀ, ਔਰ ਫਿਰ ਉਹ ਸੁਨਾਮ ਕੋਰਟ 'ਚ ਚਲਾ ਗਿਆ, ਜਿੱਥੇ ਜੱਜ ਸਾਹਿਬ ਨੇ 21 ਤਰੀਕ ਨੂੰ ਇਹ ਫੈਸਲਾ ਦਿੱਤਾ। ਹਜੇ ਉਹਨਾਂ ਦੀ ਅਪੀਲ ਵੀ ਨਹੀਂ ਸ਼ਾਇਦ ਪਈ ਸੁਪਰੀਮ ਸੈਸ਼ਨ ਕੋਰਟ 'ਚ, ਕੋਈ ਉਹਨਾਂ ਨੂੰ ਰਿਲੀਫ ਨਹੀਂ। ਪਰ ਸਾਡਾ ਸਵਾਲ ਹੈ ਕਿ ਇਹ ਜਿਹੜੀ ਨੈਤਿਕਤਾ ਦੀ ਗੱਲ ਕਰਨ ਵਾਲੀ ਪਾਰਟੀ, ਕੇਜਰੀਵਾਲ ਸਾਹਿਬ ਦੀ ਪਾਰਟੀ, ਭਗਵੰਤ ਮਾਨ ਸਾਹਿਬ ਦੀ ਪਾਰਟੀ ਔਰ ਕੁਲਤਾਰ ਸਿੰਘ ਸਦਮਾ ਸਪੀਕਰ ਸਾਹਿਬ ਕਿਉਂ ਰੱਖੀ ਬੈਠੇ ਹੈ ਜਿੱਥੇ ਕਿ ਉਹ 1 ਮਿੰਟ ਵੀ ਰੱਖ ਨਹੀਂ ਸਕਦੇ? ਅੱਜ ਉਹ ਮੰਤਰੀ ਨਹੀਂ ਹੈ, MLA ਨਹੀਂ ਹੈ,
ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ, ਅਨਸੀਟ ਕਰਨਾ ਚਾਹੀਦਾ। ਔਰ ਅੱਜ ਹੀ ਪੇਪਰ 'ਚ ਪੜ੍ਹਿਆ ਕਿ 26 ਤਰੀਕ ਨੂੰ ਸੋ ਕਾਲਡ ਮੰਤਰੀ ਸਾਹਿਬ ਝੰਡਾ ਲਹਿਰਾਉਣਗੇ ਅੰਮ੍ਰਿਤਸਰ ਵਿਖੇ। ਜਿਹੜੇ MLA ਨੂੰ ਸਜ਼ਾ ਹੋਈ ਹੋਵੇ, ਕੋਈ ਉਹਨਾਂ ਦੀ ਅਪੀਲ ਦਲੀਲ ਅੱਗੇ ਮੰਨੀ ਨਹੀਂ ਗਈ ਅਜੇ ਤੱਕ, ਕੋਈ ਸਟੇ ਨਹੀਂ ਹੈ ਉਸ 'ਤੇ ਕਨਵਿਕਸ਼ਨ 'ਤੇ, ਕੋਈ ਸਸਪੈਂਡ ਨਹੀਂ ਹੈ, ਉਹ ਇੱਕ ਪਾਸੇ ਜੇ ਰਿਪਬਲਿਕ ਡੇ 'ਤੇ ਉੱਥੇ ਫਲੈਗ ਹੋਸਟਿੰਗ ਕਰਦੇ ਹੈ, ਅਤੇ ਇਹ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦਾ ਜਵਾਬ ਦੇਗੀ, ਇਹ ਆਉਣ ਵਾਲਾ ਵਕਤ ਪੁੱਛਾਂਗੇ ਵੀ, ਔਰ ਤੁਸੀਂ ਵੀ ਜ਼ਰੂਰ ਪੁੱਛਣਾ। ਸੋ ਇਹ ਥੋੜ੍ਹਾ ਜਿਹਾ ਬਰੀਫ ਸੀਗਾ ਇਸ ਕੇਸ ਬਾਰੇ। ਤੁਸੀਂ ਥੋੜ੍ਹਾ ਜਿਹਾ ਦੇਖੋ ਇਹਦੇ 'ਚ, ਜੋ ਮੇਰੀ ਜਾਣਕਾਰੀ ਹੈ ਜੀ, ਕਿ ਇੱਕ PIL ਆਲਰੇਡੀ ਇਹਦੇ 'ਚ ਮੂਵ ਹੋ ਗਈ ਹੈ। ਸੋ ਅਗਰ PIL ਆਈ ਹੈ, ਕਿਉਂਕਿ ਇਹ ਇੱਕ ਸੰਵਿਧਾਨਿਕ ਇਸ਼ੂ ਹੈ, ਜਦੋਂ ਸੁਪਰੀਮ ਕੋਰਟ, ਮੈਂ ਨਹੀਂ ਕਹਿੰਦਾ ਕਿ ਉਹ ਜਜਮੈਂਟ ਜਦੋਂ ਇੱਕ ਕੋਰਟ ਦੀ ਜਜਮੈਂਟ ਹੈ, ਉਹ ਵੀ ਦੇਸ਼ ਦੀ ਸਰਵਉੱਚ ਅਦਾਲਤ ਦੀ ਜਜਮੈਂਟ ਹੈ, ਤਾਂ ਉਹ ਸਾਰਿਆਂ 'ਤੇ ਉਹਦੀ ਮਾਨਤਾ। ਸੋ ਜਜਮੈਂਟ ਦੇ ਵਿੱਚ ਲਿਖਿਆ ਕਿ ਜਿਸ ਦਿਨ ਕਨਵਿਕਸ਼ਨ ਹੋ ਗਈ, ਉਸ ਦਿਨ ਤੁਸੀਂ ਜਿਸ ਵੀ ਹਾਊਸ ਦੇ ਮੈਂਬਰ ਹੋ, ਜਾਂ ਤੁਸੀਂ ਮੈਂਬਰ ਆਫ ਪਾਰਲੀਮੈਂਟ ਹੋ, ਜਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਮੈਂਬਰ ਹੋ, ਯੂ ਸੀਜ਼ ਟੂ ਬੀ ਅ ਮੈਂਬਰ। ਔਰ ਦੇਸ਼ ਦੇ ਵਿੱਚ ਐਗਜ਼ਾਮਪਲ ਹੈ ਕਿ ਰਾਹੁਲ ਗਾਂਧੀ ਸਾਹਿਬ, ਰਾਹੁਲ ਗਾਂਧੀ ਸਾਹਿਬ ਦੀ ਉਦੋਂ ਮੈਂਬਰਸ਼ਿਪ ਇਸੇ ਤੇ ਖਤਮ ਹੋਈ ਸੀ, ਫਿਰ ਜਦੋਂ ਕਨਵਿਕਸ਼ਨ ਦੀ ਸਟੇ ਮਿਲੀ, ਫਿਰ ਉਹਨਾਂ ਦੀ ਮੈਂਬਰਸ਼ਿਪ ਬਹਾਲ ਹੋਈ ਹੈ। ਸੋ ਇਹ ਸੂਓ ਮੋਟੋ ਹੈ। ਸੋ ਦੇਸ਼ ਦੀ ਸੁਪਰੀਮ ਕੋਰਟ ਨੂੰ ਮੈਂ ਕਹਿ ਰਿਹਾ ਕਿ ਇਹ ਤਾਂ ਸੰਵਿਧਾਨ ਨੂੰ ਵੀ ਨਹੀਂ ਮੰਨਦੇ। ਫੋਟੋਆਂ ਲਾਉਂਦੇ ਨੇ ਸ਼ਹੀਦ ਭਗਤ ਸਿੰਘ ਜੀ ਅਤੇ ਬਾਬਾ ਸਾਹਿਬ ਅੰਬੇਦਕਰ ਦੀਆਂ, ਅਤੇ ਮੰਨਦੇ ਉਹਨਾਂ ਦੀ ਕੋਈ ਗੱਲ ਨਹੀਂ ਇਹ। ਸੋ ਆਪਣੀ ਰਾਜਨੀਤੀ ਦੇ ਲਈ ਇਹ ਦੇਸ਼ ਦੀਆਂ ਸ਼ਖਸੀਅਤਾਂ ਨੂੰ ਵੀ ਵਰਤਦੇ। ਹੋਰ ਕਿਸੇ ਦਾ ਕੋਈ ਸਵਾਲ ਹੋਵੇ? ਦੇਖੋ ਮੈਂ ਇੱਕ ਬੜੇ ਸਪਸ਼ਟ ਤੌਰ 'ਤੇ ਗੱਲ ਕਹਿਣਾ ਜੀ, ਕਿ ਪੰਜਾਬ ਦੇ ਵਿੱਚ ਬਾਕੀ ਸੂਬਿਆਂ ਦੇ ਕੰਪੈਰੇਟਿਵਲੀ ਜਿਹੜਾ ਰੂਰਲ ਹੈਲਥ ਸਿਸਟਮ ਹੈ, ਉਹ ਕਿਤੇ ਵਧੀਆ ਸੀਗਾ। ਉਹਨੂੰ ਖਤਮ ਕਰਨ ਵਾਲੇ ਪਾਸੇ ਨੂੰ ਧੱਕਿਆ ਆਮ ਆਦਮੀ ਪਾਰਟੀ ਨੇ, ਕਾਂਗਰਸ ਨੇ ਉਹਦੇ 'ਤੇ ਵਰਕ ਨਹੀਂ ਕੀਤਾ, ਇਨਫਰਾਸਟ੍ਰਕਚਰ 'ਤੇ ਵਰਕ ਨਹੀਂ ਕੀਤਾ। ਇਹਨਾਂ ਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਹਦੇ ਪੈਰਲਲ ਅਰਵਿੰਦ ਕੇਜਰੀਵਾਲ ਦਾ ਫੇਲ ਮਾਡਲ ਪ੍ਰਚਾਰਿਆ। ਤਾਂ ਮੈਨੂੰ ਇਹ ਗੱਲ ਦੱਸੋ ਜੀ ਕਿ ਮੱਲਾ ਕਲੀਨਿਕ ਦੇ ਵਿੱਚ ਕੋਈ ਵੱਡਾ ਟੈਸਟ ਹੋ ਸਕਦਾ? ਮੱਲਾ ਕਲੀਨਿਕ ਦੇ ਵਿੱਚ ਸਿਰਫ ਜਾਂ ਤਾਂ ਬੁਖਾਰ ਦੀ ਪੈਰਾਸੀਟਾਮੋਲ ਹੈ, ਜਾਂ ਕੋਈ ਮਾੜੀ ਮੋਟੀ ਪੱਟੀ ਹੋਣੀ, ਜਾਂ ਡਟੋਲ ਹੋਣੀ। ਸੋ ਇਹ ਇੱਕ ਬਹੁਤ ਵੱਡਾ ਫਰੋਡ ਹੈ, ਜਿਹੜਾ ਰਾਜਨੀਤਿਕ ਤੌਰ 'ਤੇ ਆਪਣੀ ਪੋਲੀਟਿਕਸ ਚਮਕਾਉਣ ਦੇ ਲਈ ਕੀਤਾ ਜਾ ਰਿਹਾ। ਇਹ ਇਕੱਲਾ ਦਿੱਲੀ 'ਚ ਹੀ ਨਹੀਂ, ਪੰਜਾਬ 'ਚ ਵੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਜਿਹੜਾ ਕੇਂਦਰ ਸਰਕਾਰ ਦਾ ਫੰਡ ਮਿਸਯੂਜ਼ ਹੋਇਆ, ਉਹ ਕਿਤੇ ਜਿਹੜੀਆਂ 4 ਸੂਬੇ 'ਚ ਇਲੈਕਸ਼ਨਾਂ ਲੜੀਆਂ ਨੇ, ਸਾਰਾ ਫੰਡ ਉੱਧਰ ਤਾਂ ਨਹੀਂ ਲੈ ਗਏ ਪੰਜਾਬ ਦੇ ਬਜਟ ਵਾਂਗੂ? ਕਿਤੇ ਜਿਹੜਾ ਕੇਜਰੀਵਾਲ ਸਾਹਿਬ ਦਾ ਜਹਾਜ਼ ਚੱਲਿਆ ਪੰਜਾਬ ਦੇ ਖਰਚੇ 'ਤੇ, ਇਹ ਪੈਸਾ ਉੱਥੇ ਤਾਂ ਨਹੀਂ ਹੋਇਆ? ਸੋ ਜੇ ਇਹਦੀ ਕੋਈ ਇਨਕੁਆਇਰੀ ਹੁੰਦੀ ਹੈ, ਤਾਂ ਪੰਜਾਬ ਨੂੰ ਵੀ ਉਹਦੇ 'ਚ ਨਾਲ ਇਨਕੁਆਇਰੀ ਪੰਜਾਬ ਦੀ ਵੀ ਹੋਣੀ ਚਾਹੀਦੀ ਹੈ, ਕਿਉਂਕਿ ਐਕਸਾਈਜ਼ ਘੁਟਾਲਾ ਹੋਵੇ, ਮੁਹੱਲਾ ਕਲੀਨਿਕ ਹੋਵੇ, ਇਹ ਜੋ ਦਿੱਲੀ 'ਚ ਹੈ ਉਹੀ ਪੰਜਾਬ ਦੇ ਵਿੱਚ ਉਹੀ ਲੋਕ ਨੇ, ਉਹੀ ਇਹਨੂੰ ਬਣਾਉਣ ਵਾਲੇ ਨੇ। ਸੋ ਇਹਦੀ ਪੈਰਲਲ ਇਨਕੁਆਇਰੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ। ਦੇਖੋ ਇਹ ਜਿਹੜੀਆਂ, ਚਾਹੇ ED ਹੈ ਚਾਹੇ CBI ਹੈ, ਇਹ ਸ਼੍ਰੋਮਣੀ ਅਕਾਲੀ ਦਲ ਦੇ ਕਹਿਣ 'ਤੇ ਇਹ ਏਜੰਸੀਆਂ ਵਰਕ ਨਹੀਂ ਕਰਦੀਆਂ। ਸਾਡਾ ਕੰਮ ਹੈ ਕਿ ਜਿਹੜਾ ਇਹ ਚੌਥਾ ਥੰਬ ਹੈ ਮੀਡੀਆ, ਇਹਦੇ 'ਚ ਗੱਲ ਲੈ ਕੇ ਆਉਣਾ, ਕਿਉਂਕਿ ਇਹ ਏਜੰਸੀਆਂ ED ਦਾ ਤਾਂ ਵੈਸੇ ਹੀ ਦੇਖੋ, CBI ਦੇ ਫਿਰ ਵੀ ਵਰਕਿੰਗ ਹੈ ਜਿਹੜੀ,
ਸੀਬੀਆਈ ਕਿਸੇ ਸੂਬੇ ਦੇ ਵਿੱਚ ਇਸ ਤਰੀਕੇ ਸਿੱਧਾ ਦਖਲ ਨਹੀਂ ਦੇ ਸਕਦੀ, ਪਰ ਈਡੀ ਕਿਤੇ ਵੀ ਜਾ ਕੇ ਕਿਸੇ ਵੀ ਸਕੈਮ ਦੀ ਜਾਂਚ ਕਰ ਸਕਦੀ ਹੈ। ਸੋ ਬਾਰ ਬਾਰ ਮੀਡੀਆ 'ਚ ਆਉਣ ਦਾ ਮਕਸਦ ਇਹ ਹੈ ਕਿ ਸ਼ਾਇਦ ਉਹਨਾਂ ਦੇ ਧਿਆਨ 'ਚ ਆ ਜਾਏ ਕਿ ਦੇਸ਼ ਦੇ ਵਿੱਚ ਜਿਹੜਾ ਪੰਜਾਬ ਹੈ, ਪੰਜਾਬ ਦੇ ਵਿੱਚ ਇਹ ਘਪਲਾ ਹੋ ਰਿਹਾ, ਉਹਦੇ 'ਤੇ ਐਕਸ਼ਨ ਲਿਆ ਜਾਵੇ। ਔਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਹ ਈਡੀ ਨੂੰ ਅੱਗੇ ਵੀ ਪੰਜਾਬ ਦੇ ਇੱਕ ਦੋ ਘਪਲਿਆਂ ਦੀ ਚਿੱਠੀ ਲਿਖੀ ਹੈ ਕਿ ਪੰਜਾਬ ਦੇ ਵਿੱਚ ਇਹ ਘਪਲੇ ਹੋ ਰਹੇ ਨੇ ਔਰ ਉਹਨਾਂ ਦੀ ਜਾਂਚ ਹੋਣੀ ਚਾਹੀਦੀ। ਕਾਰਨ ਤਾਂ ਜੀ ਹੁਣ ਇਹੀ ਲੱਗਦਾ ਹੈ ਕਿ ਜੋ ਲੋਕਾਂ ਦੀ ਆਵਾਜ਼ ਹੈ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੈ, ਇਹ ਕਿਤੇ ਨਾ ਕਿਤੇ ਘਿਓ ਖਿਚੜੀ ਹੋ ਕੇ ਚੱਲਣ ਵਾਲਾ ਇਹਨਾਂ ਦਾ ਕੰਮ ਹੈ, ਲੋਕਾਂ ਦੇ ਸਾਹਮਣੇ ਇਹਨਾਂ ਦੇ ਚਿਹਰੇ ਨੰਗੇ। ਦੇਖੋ ਮੈਂ ਪਹਿਲਾਂ ਹੀ ਗੱਲ ਕਹੀ ਹੈ ਕਿ ਮੁੱਖ ਮੰਤਰੀ ਸਾਹਿਬ ਅੱਜ 2 ਸਾਲ ਹੋ ਗਏ ਉਹਨਾਂ ਨੂੰ ਮੁੱਖ ਮੰਤਰੀ ਬਣੇ, ਮੁੱਖ ਮੰਤਰੀ ਸਾਹਿਬ ਸਾਰੇ ਪੰਜਾਬ 'ਚ ਘੁੰਮ ਕੇ ਕਿਤੇ ਹੱਥ ਲਾ ਕੇ ਦੱਸ ਦੇਣ ਵੀ ਇਹ ਨਿਸ਼ਾਨੀ ਪੰਜਾਬ ਨੂੰ ਮੈਂ ਦਿੱਤੀ ਹੈ। ਮੁੱਖ ਮੰਤਰੀ ਸਾਹਿਬ ਜਿਹੜੇ ਸਕੂਲਾਂ 'ਚ ਪੜ੍ਹੇ, ਜਿੱਥੇ ਉਹਨਾਂ ਦੇ ਪਿਤਾ ਜੀ ਨੌਕਰੀ ਕਰਦੇ ਰਹੇ, ਉਹ ਸਾਰਾ ਕੁਛ ਇਨਫਰਾਸਟ੍ਰਕਚਰ ਸ਼੍ਰੋਮਣੀ ਅਕਾਲੀ ਦਲ ਦਾ ਦਿੱਤਾ ਹੋਇਆ, ਜਿਹੜਾ ਕਈ ਵਾਰ ਡਰਾਮੇ ਵਜੋਂ ਕਹਿ ਵੀ ਦਿੰਦੇ ਨੇ ਨਾ। ਹਾਲਾਂਕਿ ਮੈਂ ਬਹੁਤ ਚੰਗੇ ਤਰੀਕੇ ਜਾਣਦਾ ਮੁੱਖ ਮੰਤਰੀ ਸਾਹਿਬ ਦਾ ਕਿ ਇਹਨਾਂ ਨੇ ਕੋਈ ਬਾਹਲੀ ਖੇਤੀ ਖੁਤੀ ਕੀਤੀ ਨਹੀਂ, ਠੀਕ ਹੈ ਆਪਣਾ ਕਿੱਤਾ ਕਰਦੇ ਸੀ, ਉਹ ਹਰ ਇੱਕ ਬੰਦਾ ਕਰਦਾ, ਬਹੁਤ ਚੰਗੀ ਗੱਲ ਹੈ ਜੇ ਕਰਦੇ ਸੀ, ਪਰ ਜਿਹੜੀ ਮੰਡੀਆਂ ਦਾ ਵੀ ਜ਼ਿਕਰ ਕਰਦੇ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਣਾਈਆਂ। ਔਰ ਮੁੱਖ ਮੰਤਰੀ ਸਾਹਿਬ ਨੂੰ ਇੰਡੀਵਿਜੂਅਲ ਤੌਰ 'ਤੇ ਮੈਂ ਕਹਿੰਦਾ ਕਿ ਚਲੋ ਬਾਕੀ ਤਾਂ ਸੂਬੇ ਲਈ ਕੰਮ ਕਰਨੇ ਹੁੰਦੇ ਨੇ, ਮੁੱਖ ਮੰਤਰੀ ਸਾਹਿਬ ਨੂੰ ਇੰਡੀਵਿਜੂਅਲ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਮੰਚ ਦਿੱਤੇ ਜਿੱਥੇ ਇਹਨਾਂ ਨੇ ਆਪਣੀ ਕਲਾਕਾਰੀ ਦਿਖਾਈ ਵੀ ਅਤੇ ਆਪਣੀ ਕਲਾਕਾਰੀ ਪ੍ਰਫੁੱਲਿਤ ਵੀ ਕੀਤੀ। ਸੋ ਇਹਨਾਂ ਦੀ ਕਲਾਕਾਰੀ ਦੇ ਵਿੱਚ ਉਹਨੂੰ ਚਮਕਾਉਣ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬਹੁਤ ਵੱਡੀ ਦੇਣ ਹੈ। ਸੋ ਮੁੱਖ ਮੰਤਰੀ ਸਾਹਿਬ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਵੈਸੇ ਹੀ ਨਹੀਂ ਬੋਲਣਾ ਚਾਹੀਦਾ। ਦੇਖੋ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਪੰਜਾਬ ਦਾ ਜੇਲ੍ਹ ਮੰਤਰੀ ਹੈ ਕੌਣ? ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਅਤੇ ਇਹ ਜੇਲ੍ਹ ਮੰਤਰੀ ਹੋਣ ਅਤੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ 'ਚੋਂ ਇੰਟਰਵਿਊ ਹੋ ਜੇ, ਹਾਈ ਕੋਰਟ ਪੁੱਛੇ ਕਿ ਇੰਟਰਵਿਊ ਹੋ ਕਿਵੇਂ ਗਈ, ਇਹ ਕਹਿੰਦੇ ਸਾਡੀ ਜੇਲ੍ਹ 'ਚ ਨਹੀਂ ਹੋਈ। ਬਸ ਇਹਨਾਂ ਨੇ ਹਾਈ ਕੋਰਟ 'ਚ ਇਹ ਤੱਕ ਜਵਾਬ ਨਹੀਂ ਦਿੱਤਾ ਵੀ ਜੇ ਪੰਜਾਬ 'ਚ ਨਹੀਂ ਹੋਈ ਤਾਂ ਕਿੱਥੇ ਹੋਈ। ਫਿਰੋਜ਼ਪੁਰ ਦੀ ਜੇਲ੍ਹ 'ਚੋਂ ਡਰੱਗ ਰੈਕਟ ਚੱਲ ਰਿਹਾ, ਹਾਈ ਕੋਰਟ ਉਹਦੇ 'ਤੇ ਐਡੇ ਸਖ਼ਤ, ਔਰ ਆਈ ਥਿੰਕ ਉਹ ਆਰਡਰ ਰਿਜ਼ਰਵ ਪਿਆ ਕਿਤੇ ਉਹ ਇਨਵੈਸਟੀਗੇਸ਼ਨ ਹੀ ਸੀਬੀਆਈ ਨੂੰ ਨਾ ਚਲੀ ਜਾਏ। ਜੇਲ੍ਹਾਂ 'ਚ ਕਤਲ ਹੋ ਰਹੇ ਨੇ, ਗੈਂਗ ਵਾਰਸ ਹੋ ਰਹੀਆਂ ਨੇ, ਅਤੇ ਮੰਤਰੀ ਉਹਦਾ ਜ਼ਿੰਮੇਵਾਰ ਹੈ ਅਤੇ ਉਹਦੇ ਮੰਤਰੀ ਉਹ ਡਿਪਾਰਟਮੈਂਟ ਕਿਹਦਾ? ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ। ਸੋ ਜਿੱਥੇ ਪੰਜਾਬ ਦਾ ਲੋਅ ਐਂਡ ਆਰਡਰ ਖਤਰੇ 'ਚ ਹੈ, ਜਿੱਥੇ ਪੰਜਾਬ ਦੇ ਵਿੱਚ ਕਤਲ, ਡਕੈਤੀਆਂ, ਜਿੱਥੇ ਪੰਜਾਬ ਦੇ ਵਿੱਚ ਨਸ਼ਾ, ਉੱਥੇ ਜੇਲ੍ਹਾਂ ਦੇ ਵਿੱਚ ਜੋ ਹਾਲਾਤ ਨੇ ਬੜੇ ਚਿੰਤਾਜਨਕ ਨੇ, ਔਰ ਇਹ ਦੋਨੋਂ ਤੌਰ 'ਤੇ, ਚਾਹੇ ਜੇਲ੍ਹ ਮੰਤਰੀ ਦੇ ਤੌਰ 'ਤੇ ਚਾਹੇ ਹੋਮ ਮਿਨਿਸਟਰ ਦੇ ਤੌਰ 'ਤੇ, ਭਗਵੰਤ ਮਾਨ ਸਾਹਿਬ ਬਹੁਤ ਬੁਰੇ ਤਰੀਕੇ ਦੇ ਨਾਲ ਫੇਲੀਅਰ ਸਾਬਤ ਹੋਏ ਨੇ, ਔਰ ਇਹਦੀ ਜਵਾਬਦੇਹੀ ਇਹਨਾਂ ਦੀ ਇਕੱਲਿਆਂ ਦੀ ਬਣਦੀ। ਦੇਖੋ ਬੇਹੱਦ ਮੰਦਭਾਗੀ ਗੱਲ ਹੈ ਕਿ ਸੂਬੇ ਦੇ ਮੁੱਖ ਮੰਤਰੀ ਦੇ ਉੱਤੇ ਉਹਨਾਂ ਦਾ ਪਰਿਵਾਰ ਐਡੇ ਗੰਭੀਰ ਇਲਜ਼ਾਮ ਲਾਵੇ, ਔਰ ਦੂਜੀ ਵਾਰ ਲੱਗ ਰਹੇ ਨੇ। ਪਹਿਲਾਂ ਲਾਏ ਮੁੱਖ ਮੰਤਰੀ ਸਾਹਿਬ ਦੀ ਬੇਟੀ ਨੇ, ਜਿਹਦਾ ਸਿੱਟਾ ਇਹ ਨਿਕਲਿਆ ਕਿ ਉਹ ਇਲਜ਼ਾਮਾਂ ਦਾ ਕੋਈ ਜਵਾਬ ਨਹੀਂ ਦਿੱਤਾ, ਪੋਲੀਟੀਕਲ ਵੰਡੈਟੇ ਦੀ ਤਲਵਾਰ ਐਡੀ ਤਿੱਖੀ ਕਰਤੀ ਕਿ ਜਿਹੜੀ SIT, ਮੈਂ ਕਿਹਾ ਕਿ ਉਹ ਬਿਕਰਮ ਮਜੀਠੀਆ ਸਾਹਿਬ ਨੇ ਇੱਕ ਪਲੈਟਫਾਰਮ ਦਿੱਤਾ, ਜਿਹੜੀ SIT ਪਿਛਲੇ 7 ਮਹੀਨਿਆਂ ਤੋਂ ਚੁੱਪ ਬੈਠੀ ਸੀ, ਜਿਹਦੇ ਕੋਲ ਕੋਈ ਸਬੂਤ ਨਹੀਂ ਸੀ,
ਉਹ ਲਗਾਤਾਰ ਫਿਰ ਬਿਕਰਮ ਮਜੀਠੀਆ ਸਾਹਿਬ ਨੂੰ ਅੱਜ ਵੀ ਬੁਲਾਓ ਜੀ, ਕੱਲ੍ਹ ਨੂੰ ਵੀ ਬੁਲਾਓ ਜੀ। ਸੋ ਫਿਰ ਹੁਣ ਜਿਹੜੀ ਪੋਸਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਫਿਰ ਬੜੇ ਗੰਭੀਰ ਇਲਜ਼ਾਮ ਮੁੱਖ ਮੰਤਰੀ ਦੇ ਪਰਿਵਾਰ ਵੱਲੋਂ ਮੁੱਖ ਮੰਤਰੀ ਸਾਹਿਬ 'ਤੇ ਲਾਏ ਗਏ ਨੇ। ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਇਨਸਾਨ ਦਾ ਫਰਜ਼ ਹੈ, ਬਾਬਾ ਨਾਨਕ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਸਭ ਨੇ ਗ੍ਰਸਤ ਜੀਵਨ ਦੇ ਉੱਤੇ ਇੱਕ ਬੜਾ ਵੱਡਾ ਜ਼ੋਰ ਦਿੱਤਾ। ਸੋ ਮੁੱਖ ਮੰਤਰੀ ਸਾਹਿਬ ਪਹਿਲਾਂ ਉਹ ਇਸ਼ੂਜ਼ ਨੂੰ ਐਡਰੈਸ ਕਰਨ, ਉਹ ਇਸ਼ੂਜ਼ ਨੂੰ ਐਡਰੈਸ ਕਰਕੇ ਫਿਰ ਪੰਜਾਬ ਦੀ ਗੱਲ ਕਰ ਲੈਣ, ਫਿਰ ਦੂਜਿਆਂ 'ਤੇ ਤੋਹਮਤਾਂ ਲਾਉਣ, ਇਹ ਪੋਲੀਟੀਕਲ ਵੈਂਡੇਟੇ ਦੀਆਂ ਤਲਵਾਰਾਂ ਚਲਾ ਕੇ ਇਹ ਇਸ਼ੂਜ਼ ਐਡਰੈਸ ਨਹੀਂ ਹੋਣੇ। ਪਹਿਲਾਂ ਪਰਿਵਾਰਕ ਇਸ਼ੂਜ਼ ਨੂੰ ਐਡਰੈਸ ਕਰਨ ਤਾਂ ਕਿ ਪੰਜਾਬ ਦੇ ਵਿੱਚ ਇਹਦਾ ਜਿਹੜਾ ਇੰਪੈਕਟ ਹੈ, ਕਿਉਂਕਿ ਇਹ ਗੱਲਾਂ ਦਾ ਜਿਹੜਾ ਪ੍ਰਭਾਵ ਹੈ ਉਹ ਸਾਡੇ ਬੱਚਿਆਂ 'ਤੇ ਵੀ ਪੈ ਰਿਹਾ। ਸੋ ਇਹ ਚੀਜ਼ ਨੂੰ ਰੋਕਣਾ, ਇਹ ਚੀਜ਼ ਨੂੰ ਚੈੱਕ ਕਰਨਾ, ਇਹ ਵੀ ਮੁੱਖ ਮੰਤਰੀ ਦੀ ਜ਼ਿੰਮੇਵਾਰੀ। ਦੇਖੋ, ਸੁਖਪਾਲ ਖਹਿਰਾ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸਹਿਮਤ ਨਹੀਂ ਰਿਹਾ। ਸੁਖਪਾਲ ਖਹਿਰਾ ਸਾਹਿਬ ਨੇ ਹਮੇਸ਼ਾ ਹੀ ਰਾਜਨੀਤਿਕ ਸ਼ਫਾ ਦੇ ਵਿੱਚ ਪੋਲੀਟੀਕਲ ਵਿਰੋਧੀਆਂ ਦੇ ਲਈ ਕੁੜੱਤਨ ਭਰੇ ਸ਼ਬਦ ਹੀ ਵਰਤੇ ਨੇ, ਔਰ ਉਹਨਾਂ ਨੇ ਕਦੇ ਕੋਈ ਮੌਕਾ ਵੀ ਨਹੀਂ ਦੇਖਿਆ। ਬਾਦਲ ਸਾਹਿਬ ਦੇ ਡੈਥ ਦੇ ਉੱਤੇ ਵੀ ਜਿਸ ਤਰੀਕੇ ਦੀ ਸ਼ਬਦਾਵਲੀ ਖਹਿਰਾ ਸਾਹਿਬ ਵੱਲੋਂ ਸੀ, ਉਹ ਵੀ ਮੰਦਭਾਗੀ ਸੀ। ਪਰ ਮੈਂ ਫਿਰ ਵੀ ਸਾਰੇ ਪੋਲੀਟੀਕਲ ਡਿਫਰੈਂਸਿਸ ਤੋਂ ਉੱਪਰ ਉੱਠ ਕੇ ਮੈਂ ਜਿਹੜਾ ਸੂਬੇ ਦੇ ਵਿੱਚ ਪੋਲੀਟੀਕਲ ਵੈਂਡੈਟਾ ਪੋਲੀਟੀਕਲ ਵਿਰੋਧੀਆਂ ਦੇ ਖਿਲਾਫ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਧੀ ਕਰਦਾ, ਨਿੰਦਾ ਕਰਦਾ। ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਭਗਵੰਤ ਮਾਨ ਅੱਜ CM ਭਗਵੰਤ ਮਾਨ ਤਾਂ ਹੈ ਜੇ ਉਸ ਸਮੇਂ ਦੀ ਸਰਕਾਰਾਂ ਨੇ ਇਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ, ਇਹਨਾਂ 'ਤੇ ਝੂਠੇ ਪਰਚੇ ਨਹੀਂ ਪਾਏ। ਨਹੀਂ, ਮੁੱਖ ਮੰਤਰੀ ਨੇ ਕਿੱਕਲੀਆਂ ਪਾਉਣ 'ਚ, ਲੋਕਾਂ ਦੀਆਂ ਧੀਆਂ ਭੈਣਾਂ ਬਾਰੇ ਗੰਦੀ ਸ਼ਬਦਾਵਲੀ ਵਰਤਣ 'ਚ ਕੋਈ ਕਮੀ ਨਹੀਂ ਛੱਡੀ ਸੀ, ਪਰ ਮੁੱਖ ਮੰਤਰੀ ਖੜ੍ਹੇ ਹੋ ਕੇ ਇਹ ਗੱਲ ਕਹਿ ਦੇਣ ਕਿ ਕਦੇ ਕਿਸੇ ਸਰਕਾਰ ਨੇ ਮੁੱਖ ਮੰਤਰੀ ਅਤੇ ਭਗਵੰਤ ਮਾਨ 'ਤੇ ਜਦੋਂ MP ਵੀ ਨਹੀਂ ਸੀ ਫਿਰ MP ਬਣੇ, ਕਦੇ ਝੂਠਾ ਪਰਚਾ ਨਹੀਂ ਦਰਜ ਕੀਤਾ। ਸੋ ਪੋਲੀਟੀਕਲ ਵਿਰੋਧੀਆਂ ਨੂੰ, ਪੋਲੀਟੀਕਲ ਓਪੋਨੈਂਟਸ ਨੂੰ ਉਹਨਾਂ ਦੀ ਸਪੇਸ ਦਿਓ, ਉਹਨਾਂ ਨੂੰ ਬੋਲਣ ਦਿਓ। ਅਗਰ ਤੁਹਾਡੀਆਂ ਕਮੀਆਂ ਨੇ, ਉਹ ਬੋਲਦੇ ਨੇ, ਉਹਨਾਂ ਦਾ ਫਰਜ਼ ਹੈ। ਸੋ ਇਸ ਤਰੀਕੇ ਡੰਡਾ ਤੰਤਰ ਵਰਤ ਕੇ ਕਿ ਇੱਕ ਕੇਸ ਪਾਤਾ ਫਿਰ ਬੇਲ ਹੋ ਗਈ, ਫਿਰ ਦੂਜਾ ਕੇਸ ਪਾਤਾ, ਇਸ ਗੱਲ ਦਾ ਕੋਈ ਐਂਡ ਨਹੀਂ। ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਅਸਲ ਮੁੱਦੇ ਇਹ ਖਤਮ ਹੁੰਦੇ ਜਾ ਰਹੇ ਨੇ। ਪੰਜਾਬ ਦੇ ਵਿੱਚ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਹੋ ਰਹੀ, ਸੋਸ਼ਲ ਵੈਲਫੇਅਰ ਸਕੀਮਾਂ ਦੀ ਕੋਈ ਗੱਲ ਨਹੀਂ ਹੋ ਰਹੀ। ਸਰਕਾਰ ਇੱਕੋ ਏਜੰਡੇ 'ਤੇ ਆ ਗਈ ਹੈ ਕਿ ਸਿਰਫ ਪੋਲੀਟੀਕਲ ਵਿਰੋਧੀਆਂ ਦੀ ਆਵਾਜ਼ ਬੰਦ ਕਰ ਦਿਓ ਕਿ ਉਹਦੇ ਨਾਲ ਪੰਜਾਬ ਦੇ ਹਾਲਾਤ ਸੁਧਰ ਜਾਣਗੇ, ਕਿ ਖਹਿਰਾ ਸਾਹਿਬ 'ਤੇ 2 ਪਰਚੇ ਹੋਰ ਪੈ ਜਾਣਗੇ ਇਹਦੇ ਨਾਲ ਪੰਜਾਬ ਦਾ ਭਲਾ ਹੋ ਜੂਗਾ, ਕਿ ਬਿਕਰਮ ਮਜੀਠੀਆ ਸਾਹਿਬ 'ਤੇ 2 ਪਰਚੇ ਹੋਰ ਪੈ ਜਾਣਗੇ, ਸਰਦਾਰ ਸੁਖਬੀਰ ਸਿੰਘ ਬਾਦਲ 'ਤੇ ਪਰਚਾ ਹੋ ਜੂ, ਜਾਂ ਸਾਡੇ ਵਰਗੇ ਜਿਹੜੇ ਬੋਲ ਰਹੇ ਨੇ ਲੋਕਾਂ ਦੇ ਮੁੱਦੇ ਚੱਕ ਰਹੇ, ਸਾਡੇ 'ਤੇ ਪਰਚਾ ਕਰਨ ਨਾਲ ਅਗਰ ਪੰਜਾਬ ਦਾ ਭਲਾ ਹੁੰਦਾ, ਅਗਰ ਪੰਜਾਬ ਦਾ ਕਰਜ਼ਾ ਘਟਦਾ, ਤਾਂ ਅਸੀਂ ਸਵੇਰੇ ਮੈਂ ਮੁੱਖ ਮੰਤਰੀ ਸਾਹਿਬ ਦੇ ਘਰ ਆਪ ਹੀ ਪੇਸ਼ ਹੋ ਜਾਂਦਾ ਜੇ ਮੇਰੇ 'ਤੇ 5 ਪਰਚੇ ਪਾ ਕੇ ਮੁੱਖ ਮੰਤਰੀ ਸਾਹਿਬ ਕਹਿਣ ਕਿ ਪੰਜਾਬ ਦੀ ਬਿਹਤਰੀ ਹੈ ਅਤੇ ਪੰਜਾਬ ਦਾ ਕਰਜ਼ਾ ਵੀ ਘਟ ਜਾਏਗਾ, ਉਰੇ ਲਾਅ ਐਂਡ ਆਰਡਰ ਵੀ ਠੀਕ ਹੋ ਜਾਏਗਾ, ਫਿਰ ਤਾਂ ਵੈਂਡੈਟਾ ਪੋਲੀਟਿਕਸ ਕਰੋ। ਨਹੀਂ, ਵੈਂਡੈਟਾ ਪੋਲੀਟਿਕਸ ਛੱਡ ਕੇ ਸੂਬੇ ਵੱਲ ਧਿਆਨ ਦਿਓ, ਸੂਬੇ ਦੇ ਇਨਫਰਾਸਟ੍ਰਕਚਰ ਵੱਲ ਅਤੇ ਲੋਕਾਂ ਵੱਲ ਧਿਆਨ ਦਿਓ।